ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਟਿਊਬਕਾਸਟ ਚੈਨਲ ਦੇ ਉੱਤੇ। ਅਤੇ ਅੱਜ ਦੀ ਜਿਹੜੀ ਵੀਡੀਓ ਮੈਂ ਲੈ ਕੇ ਆ ਰਿਹਾ, ਅੱਜ ਦੀ ਵੀਡੀਓ ਇਹ ਕਿ ਤੁਸੀਂ ਆਪਣੇ ਜਦੋਂ ਵੀ ਤੁਸੀਂ ਸਪੋਂਸਰ ਲੈਟਰ ਤੁਹਾਨੂੰ ਆਉਂਦਾ ਜਰਮਨ ਵਾਸਤੇ, ਜਿਹੜਾ ਫੈਮਿਲੀ ਐਂਡ ਵਿਜ਼ਿਟ ਦਾ, ਉਹਦਾ ਤੁਸੀਂ ਫਾਰਮ, ਜਿਹੜਾ ਵੀਜ਼ਾ ਐਪਲੀਕੇਸ਼ਨ ਫਾਰਮ ਭਰਨਾ ਹੁੰਦਾ, ਉਹ ਹਮੇਸ਼ਾ ਤੁਹਾਨੂੰ ਡਿਜੀਟਲ ਫਾਰਮ ਭਰਨਾ ਹੁੰਦਾ, ਅਤੇ ਉਹ ਤੁਹਾਨੂੰ ਤੁਸੀਂ ਕਿੱਦਾਂ ਫਿਲਅਪ ਕਰਨਾ, ਅੱਜ ਉਸਦੀ ਵੀਡੀਓ ਅਸੀਂ ਸਟੈਪ ਬਾਏ ਸਟੈਪ ਤੁਹਾਨੂੰ ਐਕਸਪਲੇਨ ਕਰਾਂਗੇ। ਬਣੇ ਰਹੋ ਸਾਡੇ ਨਾਲ, ਦੇਖੋ ਸਾਡੀ ਵੀਡੀਓ। ਅਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਆਪਣੀ ਫੈਮਿਲੀ, ਆਪਣੇ ਫਰੈਂਡਸ ਨਾਲ, ਤਾਂ ਕਿ ਇੱਦਾਂ ਹੀ ਸਾਡੇ ਚੈਨਲ ਦੀ ਰੀਚ ਹੋਰ ਵਧੇ, ਤਾਂ ਅਸੀਂ ਉਹ ਤੁਹਾਡੇ ਲਈ ਮੋਟੀਵੇਸ਼ਨ ਵੀਡੀਓ ਲੈ ਕੇ ਆਉਂਦੇ ਰਹੀਏ, ਇਨਫੋਰਮੇਸ਼ਨ ਵੀਡੀਓ। ਚਲੋ ਮਿਲਦੇ ਹਾਂ ਵੀਡੀਓ ਦੇ ਵਿੱਚ, ਆ ਜਾਓ। ਉਹਦੇ ਵਿੱਚ ਪਹਿਲਾਂ ਤਾਂ ਅਸੀਂ ਓਪਨ ਕਰਾਂਗੇ ਆਪਣਾ ਕ੍ਰੋਮ ਬ੍ਰਾਊਜ਼ਰ, ਜਿਹੜਾ ਵੀ ਤੁਸੀਂ ਬ੍ਰਾਊਜ਼ਰ ਮਤਲਬ ਕਿ ਯੂਜ਼ ਕਰਦੇ ਹੋ ਤੁਸੀਂ ਓਪਨ ਕਰ ਸਕਦੇ ਹੋ। ਅਤੇ ਜਦੋਂ ਵੀ ਤੁਸੀਂ ਐਪਲੀਕੇਸ਼ਨ ਉੱਥੇ ਸਬਮਿਟ ਕਰਵਾਉਣ ਜਾਂਦੇ ਹੋ BFS ਆਫਿਸ ਦੇ ਵਿੱਚ, ਤਾਂ ਉਹ ਹਮੇਸ਼ਾ ਜੇ ਤੁਹਾਡੇ ਕੋਲ ਮਤਲਬ ਕਿ ਰਿਟਰਨ ਦੇ ਵਿੱਚ ਤੁਸੀਂ ਭਰ ਕੇ ਲੈ ਕੇ ਜਾਂਦੇ ਹੋ, ਤਾਂ ਉਹ ਫਾਰਮ ਤੁਹਾਡਾ ਅਸੈਪਟੇਬਲ ਨਹੀਂ ਕਰਦੇ। ਉਹ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਕਿ ਸਾਨੂੰ ਡਿਜੀਟਲ, ਜਿਹੜਾ ਹੈ ਡਿਜੀਟਲ ਫਾਰਮ ਚਾਹੀਦਾ। ਉਹਦੇ ਲਈ ਤੁਸੀਂ ਸਾਈਟ ਜਾਣਾ VDX ਸਾਈਟ 'ਤੇ, ਉਹਦੇ ਲਈ ਤੁਸੀਂ ਆ ਸਾਈਟ ਹੈ, ਆਹ ਜਿਹੜੀ ਸਾਈਟ ਹੈ, ਆਹ ਸਾਈਟ 'ਤੇ ਤੁਸੀਂ ਜਾਣਾ। ਤੁਹਾਨੂੰ ਮੈਂ ਸਾਈਟ ਦਾ ਲਿੰਕ ਆਪਣੀ ਡਿਸਕ੍ਰਿਪਸ਼ਨ 'ਤੇ ਦੇ ਦਾਂਗਾ। ਜਿਨ੍ਹਾਂ ਨੇ ਵੀ ਵੀਡੀਓ ਦੇਖੀ ਹੈ, ਜਿਨ੍ਹਾਂ ਨੇ ਵੀ ਫੋਰਮ ਭਰਨ ਦੀ ਲੋੜ ਹੈਗੀ ਹੈ, ਉਹ ਡਿਸਕ੍ਰਿਪਸ਼ਨ 'ਚ ਜਾ ਕੇ ਡਾਇਰੈਕਟ ਆਹ ਲਿੰਕ 'ਤੇ ਕਲਿੱਕ ਕਰਨਗੇ, ਅਤੇ ਆਹ ਜਿਹੜੀ ਮੇਨ ਸਾਈਟ 'ਤੇ ਉਹਨਾਂ ਦੀ 'ਤੇ ਆ ਜਾਣਗੇ। ਜਦੋਂ ਮੇਨ ਸਾਈਟ 'ਤੇ ਆ ਜਾਣਗੇ ਔਲਰੇਡੀ, ਤੁਸੀਂ ਆਹ ਮੇਨ ਸਾਈਟ 'ਤੇ ਜਦੋਂ ਤੁਸੀਂ ਆ ਜਾਓਗੇ, ਅਤੇ ਫਿਰ ਇੱਥੇ ਇਨਫੋਰਮੇਸ਼ਨ ਅਸੀਂ ਭਰਾਂਗੇ ਹੁਣ ਸਾਰੀ। ਇਨਫੋਰਮੇਸ਼ਨ ਭਰਨ ਲਈ ਹੁਣ ਅਸੀਂ ਹੁਣ ਇਹ ਹੈ ਕਿ ਸ਼ੋਰਟ ਟਰਮ ਤੁਸੀਂ ਦੇ ਸਕਦੇ ਹੋ। ਇੱਥੇ ਲਿਖਿਆ ਹੈ ਜਿੱਦਾਂ ਕਿ ਲੈਫਟ ਸਾਈਡ 'ਤੇ ਲਿਖਿਆ VDX ਸ਼ੋਰਟ ਟਰਮ ਸਟੇ, ਇਹ ਸਿਰਫ ਉਹਨਾਂ ਲਈ ਫਾਰਮ ਹੈਗਾ ਜਿਨ੍ਹਾਂ ਨੇ 90 ਦਿਨ ਤੱਕ ਰਹਿਣਾ। ਜਿੱਦਾਂ ਮਤਲਬ ਕਿ ਇੱਕ ਇਹ ਹੁੰਦਾ ਨੈਸ਼ਨਲ ਵੀਜ਼ਾ, ਜਿਹੜਾ ਨੈਸ਼ਨਲ ਵੀਜ਼ਾ ਹੁੰਦਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵਾਂ ਕਿ ਉਹ 6 ਮਹੀਨੇ ਦਾ ਵੀਜ਼ਾ ਹੁੰਦਾ, ਉਹ ਲੌਂਗ ਟਰਮ ਦਾ ਵੀਜ਼ਾ ਹੁੰਦਾ। ਅਤੇ ਜਿਹੜਾ ਸ਼ੋਰਟ ਟਰਮ ਵੀਜ਼ਾ ਹੁੰਦਾ, ਸਿਰਫ ਉਹਨਾਂ ਲਈ ਹੁੰਦਾ ਜਿਨ੍ਹਾਂ ਨੇ ਅੰਡਰ ਟ੍ਰੇਨਿੰਗ ਕਰਨ ਜਾਣਾ ਹੁੰਦਾ ਥੋੜ੍ਹੇ ਟਾਈਮ ਲਈ, ਜਾਂ ਪ੍ਰੈਕਟੀਕਲ ਕਰਨ ਜਾਣਾ ਹੁੰਦਾ, ਜਾਂ ਕੋਈ ਓਕੇਸ਼ਨ 'ਤੇ ਜਾਣਾ ਹੁੰਦਾ, ਜਿੱਦਾਂ ਫੇਅਰ ਆ ਜਾਂਦੇ ਨੇ ਉੱਥੇ, ਅਤੇ ਫਰੈਂਕਫਰਟ ਮੈਸੇਜ 'ਤੇ ਜਾਣਾ ਹੁੰਦਾ, ਜਾਂ ਰੀਪ੍ਰਜੈਂਟ ਕੰਪਨੀ ਨੂੰ ਕਰਨ ਜਾਣਾ ਹੁੰਦਾ, ਉਹਨਾਂ ਦੀ ਮੀਟਿੰਗ ਹੋਵੇ ਕੋਈ ਵੀ ਬਿਜ਼ਨਸ ਦੀ, ਉਸ ਲਈ ਆ ਵੀਜ਼ਾ। ਅਤੇ ਜਾਂ ਤੁਸੀਂ ਸਪੋਂਸਰ ਲੈਟਰ, ਜਿੱਦਾਂ ਤੁਸੀਂ ਆਪਣੀ ਫੈਮਿਲੀ ਨੂੰ ਮਿਲੇ ਜਾਣਾ, ਤੁਹਾਡਾ ਕੋਈ ਫਾਦਰ ਮਦਰ, ਜਾਂ ਤੁਹਾਡਾ ਕੋਈ ਬ੍ਰਦਰ, ਜਾਂ ਕੋਈ ਤੁਹਾਡੀ ਸਿਸਟਰ ਜਿਹੜੀ ਤੁਹਾਨੂੰ ਸਪੋਂਸਰ ਕਰਦੀ ਆ, ਉਹਦੇ ਲਈ ਇਹ ਐਪਲੀਕੇਸ਼ਨ ਭਰੀ ਜਾਂਦੀ, ਜਿਹੜੀ ਡਿਜੀਟਲ ਭਰੀ ਜਾਂਦੀ ਹੈ। ਚਲੋ ਆ ਜਾਓ ਭਰਦੇ ਹਾਂ ਹੁਣ ਇਕੱਠੇ। ਅਤੇ ਪਹਿਲਾਂ ਤੁਸੀਂ ਇੱਥੇ ਨੋਰਮਲ ਆਪਣਾ ਫੈਮਿਲੀ ਨੇਮ ਦਿਓਗੇ, ਜਿੱਦਾਂ ਮੈਂ ਆਪਣਾ ਫੈਮਿਲੀ ਦੇ ਦਿੰਦਾ ਵਾਂ, ਸਿੰਘ ਫਸਟ ਨੇਮ ਆਲਰੇਡੀ ਸੈਵੀ, ਡੇਟ ਆਫ ਬਰਥ ਤੁਸੀਂ ਆਪਣੀ ਦੇਣੀ ਆ, ਰਾਈਟ। ਮੈਂ ਵੈਸੇ ਫੋਰ ਐਗਜ਼ਾਮਪਲ ਹੀ ਡੇਟ ਆਫ ਬਰਥ ਦਿੰਦਾ ਪਿਆ ਵਾਂ। ਅਤੇ ਪਲੇਸ ਓਫ ਬਰਥ 'ਤੇ ਹਮੇਸ਼ਾ, ਜਿੱਦਾਂ ਕਿ ਲੋਕ ਨੋਰਮਲ ਲਿਖ ਦਿੰਦੇ ਆ, ਪਲੇਸ ਓਫ ਬਰਥ 'ਤੇ ਹਮੇਸ਼ਾ ਤੁਸੀਂ ਆਪਣੇ ਪਾਸਵਰਡ ਦੀ ਜਿਹੜੀ ਫਸਟ ਸਾਈਟ ਹੁੰਦੀ ਉੱਥੇ ਤੁਸੀਂ ਦੇਖਣਾ ਉੱਥੇ ਪਲੇਸ ਓਫ ਬਰਥ ਕੀ ਹੈ। ਕਿਉਂਕਿ ਮੇਰਾ ਕਜ਼ਨ ਸੀ, ਉਹਨੂੰ ਵੀ ਇੱਕ ਵਾਰੀ ਪ੍ਰੋਬਲਮ ਆਈ ਸੀ, ਉਹਨੇ ਨਾ ਇੱਥੇ ਪਲੇਸ ਓਫ ਬਰਥ 'ਤੇ ਆਪਣਾ ਸਿਰਫ ਪਿੰਡ ਦਾ ਨਾਂ ਭਰਤਾ ਸੀ। ਇਸ ਲਈ ਮੈਂ ਤੁਹਾਨੂੰ ਹਮੇਸ਼ਾ ਹੀ ਮਤਲਬ ਕਿ ਕਹਾਂਗਾ ਕਿ ਪਹਿਲਾਂ ਤੁਸੀਂ ਆਪਣੇ ਪਾਸਵਰਡ 'ਤੇ ਦੇਖੋ ਉਹਦੇ ਫਸਟ ਪੇਜ 'ਤੇ ਕੀ ਲਿਖਿਆ ਹੋਇਆ, ਅਤੇ ਉਹੀ ਤੁਸੀਂ ਇੱਥੇ ਫਿਲਅਪ ਕਰਨਾ। ਅਸੀਂ ਫਿਲਅਪ ਕਰ ਦਿੰਦੇ ਹਾਂ। ਕੁਛ ਵੀ ਲੈ ਦਿੰਦੇ ਪਿੰਡ, ਜਿਹਨਾਂ ਦਾ ਵਿਲੇਜ ਹੈਗਾ ਉਹਨਾਂ ਨੇ ਵਿਲੇਜ ਤੱਕੜ
ਕਲਾ ਫੋਰ ਐਗਜ਼ਾਮਪਲ ਵਾਸਤੇ, ਫਿਰ ਜਿਹੜੀ ਕੰਟਰੀ ਹੈ, ਕੰਟਰੀ ਤੁਸੀਂ ਜਿੱਥੇ ਰਹਿੰਦੇ ਹੋ ਤੁਸੀਂ ਇੱਥੇ ਆਈ ਪਾਓਗੇ ਤਾਂ ਇੰਡੀਅਨ ਆ ਜਾਣਾ ਆਟੋਮੈਟਿਕਲੀ। ਇਹ ਤੁਹਾਡਾ ਸਾਰੇ ਜੋ ਵੀ ਦੱਸਿਆ ਜਾਏਗਾ ਤੁਹਾਡੀ ਸਾਰੀ ਇਨਫੋਰਮੇਸ਼ਨ ਕਰੈਕਟ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਇਨਫੋਰਮੇਸ਼ਨ ਫਿਰ ਦੁਬਾਰਾ ਤੋਂ ਨਹੀਂ ਭਰਦੇ ਹੋ ਜਦੋਂ ਤੁਸੀਂ ਬੀ ਐਫ ਆਫਿਸ ਦੇ ਵਿੱਚ ਜਾਂਦੇ ਹੋ, ਦੁਬਾਰਾ ਤੋਂ ਤੁਹਾਡੀ ਨਾ ਕੋਈ ਵੀ ਜਿੱਦਾਂ ਹਾਂ ਕੁਛ ਤੁਹਾਡੀ ਕੁਛ ਗਲਤੀ ਹੋਏ ਤੁਹਾਨੂੰ ਨੋਟ ਹੋ ਜਾਏ ਤਾਂ ਤੁਸੀਂ ਕਹਿ ਸਕਦੇ ਹੋ, ਪਰ ਉਹ ਹਰ ਇੱਕ ਚੀਜ਼ ਨੂੰ ਮਤਲਬ ਕਿ ਸਹੀ ਨਹੀਂ ਕਰਦੇ, ਉਹ ਸਿਰਫ ਬਾਰਕੋਡ ਸਕੈਨ ਕਰਦੇ ਨੇ, ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਆਉਂਦੀ ਅਤੇ ਇੱਦਾਂ ਤੁਹਾਡੇ ਡਾਕੂਮੈਂਟ ਸਬਮਿਟ ਕਰ ਲੈਂਦੇ ਆ। ਇਸ ਲਈ ਮੈਂ ਕਹਿੰਦਾ ਜਿਹੜੀ ਵੀ ਚੀਜ਼ ਭਰਿਓ ਘਰ ਧਿਆਨ ਨਾਲ ਭਰਿਓ, ਆਪਣੇ ਕੰਪਿਊਟਰ 'ਤੇ ਬਹਿ ਕੇ ਜਾਂ ਤੁਸੀਂ ਆਪਣੇ ਫੋਨ 'ਤੇ ਵੀ ਸੇਮ ਟੂ ਸੇਮ ਸਟੈਪ ਲੈ ਕੇ ਇੱਦਾਂ ਹੀ ਤੁਸੀਂ ਆਪਣੇ ਫੋਨ 'ਤੇ ਭਰ ਸਕਦੇ ਹੋ। ਫਿਰ ਮੈਰਿਟ ਸਟੇਟਸ ਮੈਂ ਸਿੰਗਲ ਅਤੇ ਸਿੰਗਲ ਭਰ ਦਿਓ, ਜਿਹੜੇ ਮੈਰਿਡ ਹੈ ਮੈਰਿਡ ਭਰ ਦਿਓ, ਕੁਛ ਵੀ ਜਿੱਦਾਂ ਜੈਂਡਰ ਕਰੰਟ ਨੈਸ਼ਨੈਲਿਟੀ, ਫਿਰ ਉਹ ਤੁਹਾਡੀ ਨੈਸ਼ਨੈਲਿਟੀ ਪੁੱਛਦੇ ਪਏ ਨੇ, ਫਿਰ ਤੋਂ ਫਿਰ ਤੋਂ ਤੁਸੀਂ ਭਰ ਦਿਓ ਇੰਡੀਅਨ। ਹੁਣ ਇਹ ਜਿਹੜੀ ਆ ਓਪਸ਼ਨ ਇਹ ਫੈਮਿਲੀ ਮੈਂਬਰਸ ਵਾਸਤੇ ਦੱਸੀ ਜਾਂਦੀ ਕਿ ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਜਿਹਦੇ ਕੋਲ ਤੁਹਾਡਾ ਮਤਲਬ ਕਿ ਰੈੱਡ ਪਾਸਪੋਰਟ ਹੈਗਾ, ਜੇ ਉਹ ਜਰਮਨ ਦੇ ਵਿੱਚ ਸਿਟੀਜਨ ਹੈਗਾ ਜਾਂ ਬੈਲਜੀਅਮ ਦੇ ਵਿੱਚ ਜਾਂ ਫਰਾਂਸ ਕਿਤੇ ਵੀ ਏਯੂ ਕੰਟਰੀ ਦੇ ਵਿੱਚ ਸਿਟੀਜਨ ਹੈਗਾ, ਅਤੇ ਜਿਹੜੀਆਂ ਈ ਏ ਕੰਟਰੀਆਂ ਹੁੰਦੀਆਂ ਨੇ ਉਹ ਦੂਸਰੀਆਂ ਛੋਟੀਆਂ ਕੰਟਰੀਆਂ ਹੁੰਦੀਆਂ ਨੇ, ਅਤੇ ਸਵਿਟਜ਼ਰਲੈਂਡ ਕੰਟਰੀ ਜਿਹੜੀ ਏਯੂ ਦਾ ਹਿੱਸਾ ਨਹੀਂ ਹੈਗੀ, ਅਤੇ ਉਹਦੇ ਵਾਸਤੇ ਤੁਸੀਂ ਕਿਸੇ ਨੂੰ ਵੀ ਮਤਲਬ ਕਿ ਜੇ ਤੁਹਾਡੀ ਫੈਮਿਲੀ ਕੋਲ ਪਾਸਪੋਰਟ ਹੈਗਾ ਤੁਸੀਂ ਭਰ ਸਕਦੇ ਹੋ। ਸਿਰਫ ਉਹਦੇ 'ਚ ਗਿਣਿਆ ਹੋ ਜਾਂਦਾ ਜਿੱਦਾਂ ਤੁਹਾਡਾ ਫੈਮਿਲੀ ਮੈਂਬਰ ਫਾਦਰ ਮਦਰ ਅਤੇ ਤੁਹਾਡਾ ਕੋਈ ਐਂਕਲ ਕਿੰਡਰ ਹੁੰਦਾ, ਜਿੱਦਾਂ ਗ੍ਰੈਂਡ ਡੋਟਰ ਅਤੇ ਜਾਂ ਤੁਹਾਡਾ ਮਤਲਬ ਕਿ ਗ੍ਰੈਂਡਫਾਦਰ ਜਾਂ ਗ੍ਰੈਂਡਮਦਰ, ਸਿਰਫ ਉਹ ਤੁਸੀਂ ਮਤਲਬ ਕਿ ਆਪਣਾ ਇੱਥੇ ਜਿਹੜੇ ਰਿਲੇਟਿਵਸ ਭਰ ਸਕਦੇ ਹੋ। ਇਹ ਨਹੀਂ ਕਿ ਮੇਰੇ ਕਜ਼ਨ ਕੋਲ ਪਾਸਪੋਰਟ ਹੈਗਾ ਅਤੇ ਮੈਂ ਉਹਦਾ ਨਾਮ ਭਰਦਾ, ਸਿਰਫ ਜਿਹੜੇ ਫੈਮਿਲੀ ਮੈਂਬਰਸ ਹੁੰਦੇ ਨੇ, ਜਿਹੜਾ ਬਲੱਡ ਰਿਲੇਸ਼ਨ ਤੁਹਾਡਾ ਕੰਪਲੀਟ ਹੁੰਦਾ, ਜੇ ਤੁਹਾਡਾ ਕੋਈ ਇੱਥੇ ਹੈਗਾ ਤੁਸੀਂ ਇੱਥੇ ਭਰ ਸਕਦੇ ਹੋ। ਕਰੰਟਲੀ ਪ੍ਰੋਫੈਸ਼ਨਲ ਤੁਸੀਂ ਇੱਥੇ ਪ੍ਰੋਫੈਸ਼ਨਲ, ਜੇ ਤਾਂ ਤੁਸੀਂ ਜੋਬ ਕਰਦੇ ਹੋ ਫਿਰ ਤੁਸੀਂ ਇੱਥੇ ਜਿੱਦਾਂ ਨੋਰਮਲ ਕੀ ਜੋਬ ਕਰਦੇ ਹੁੰਦੇ ਇੰਡੀਆ, ਫਿਰ ਤਾਂ ਤੁਸੀਂ ਇੱਥੇ ਐਜ਼ ਏ ਇੰਪਲੋਏ ਜਾਂ ਵਰਕਰ ਜਿਹੜੀ ਜਿਸ ਜੋਬ ਕਰਦੇ ਹੋਗੇ, ਜਿਹੜੀ ਕੈਟਾਗਰੀ 'ਚ ਤੁਹਾਨੂੰ ਜੋਬ ਆਉਂਦੀ ਹੋਗੀ ਤੁਸੀਂ ਉਹ ਮਤਲਬ ਕਿ ਸਿਲੈਕਟ ਕਰਕੇ ਤੂੰ ਕਰ ਸਕਦੇ ਹੋ। ਜਿੱਦਾਂ ਮੈਂ ਅਨਇੰਪਲੋਇਮੈਂਟ ਭਰਨਾ ਨੋਰਮਲ ਫਿਲਅਪ ਕਰਨ ਦੀ ਲੋੜ ਨਹੀਂ ਹੈਗੀ, ਜੇ ਤੁਸੀਂ ਇੱਥੇ ਵਰਕਰ ਭਰਦੇ ਇੰਪਲੋਏ ਭਰਦੇ ਹੋ, ਕਿਉਂਕਿ ਤੁਹਾਨੂੰ ਜੇ ਤੁਸੀਂ ਇੰਪਲੋਏ ਉੱਥੇ ਇੰਡੀਆ ਦੇ ਵਿੱਚ ਸਰਵਿਸ ਕਰਦੇ ਪਏ ਹੋ, ਫਿਰ ਤੁਹਾਨੂੰ ਇੱਥੇ ਵਰਕਰ ਭਰਨਾ ਜਾਂ ਇੰਪਲੋਏ ਭਰਨਾ, ਉਹਦੇ ਵਿੱਚ ਫਿਰ ਬਾਅਦ ਵਿੱਚ ਇੱਥੇ ਕੰਪਨੀ ਨੇਮ ਅਤੇ ਉਹਦਾ ਟੈਲੀਫੋਨ ਭਰੋਗੇ ਤੁਸੀਂ, ਫਿਰ ਸਟਰੀਟ ਭਰੋਗੇ ਕਿਹੜੀ ਉਹ ਸਟਰੀਟ 'ਤੇ ਹੈਗੀ ਹੈ, ਕਿੰਨਾ ਨੰਬਰ ਹੈ ਉਹਦਾ, ਲੋਕੇਸ਼ਨ ਕਿੱਥੇ ਹੈ, ਪੋਸਟ ਲਾਈਨ ਕੋਲ ਕਿੱਥੇ ਹੈ, ਤੁਸੀਂ ਭਰ ਕੇ ਫਿਰ ਹੀ ਆ। ਜ਼ਰੂਰੀ ਨਹੀਂ ਹੈਗਾ ਓਪਸ਼ਨ ਨੇ, ਪਰ ਫਿਰ ਵੀ ਤੁਹਾਨੂੰ ਭਰਨਾ ਚਾਹੀਦਾ ਹਮੇਸ਼ਾ, ਜੇ ਤੁਸੀਂ ਮਤਲਬ ਕਿ ਐਜ਼ ਏ ਵਰਕਰ ਭਰਦੇ ਹੋ ਨਾ, ਤਾਂ ਫਿਰ ਜਿੱਦਾਂ ਜੇ ਮੈਂ ਐਜ਼ ਏ ਵਰਕਰ ਭਰਦਾ ਫਿਰ ਵੀ ਤੁਹਾਨੂੰ ਮਤਲਬ ਕਿ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ, ਫਿਰ ਤਾਂ ਉਹਨਾਂ ਤੁਹਾਡੀ ਜਿਹੜੀ ਫਾਈਲ ਹੈ ਥੋੜ੍ਹੀ ਸਟਰੋਂਗ ਹੋ ਜਾਂਦੀ, ਉਹਨਾਂ ਨੂੰ ਇਹ ਪਤਾ ਹੁੰਦਾ ਕਿ ਹਾਂ ਇਹ ਕੰਮ ਤਾਂ ਕਰਦਾ ਪਿਆ, ਸਿਰਫ ਘੁੰਮਣ ਲਈ ਚੱਲਾ ਉੱਥੇ। ਬਾਕੀ ਕੰਟੈਕਟ ਡਿਟੇਲਸ ਤੁਸੀਂ ਇੱਥੇ ਆਪਣਾ ਫਿਰ ਜਿਹੜਾ ਸਹੀ ਹੈਗਾ ਐਡਰੈਸ ਦੇ ਦੇਣਾ, ਹਾਊਸ ਨੰਬਰ, ਪੋਸਟ ਲਾਈ ਪੋਸਟ ਪੋਸਟ ਕੋਡ ਤੁਸੀਂ ਦੇ ਦੇਣਾ ਕੋਈ ਵੀ, ਵੈਸੇ ਦੇ ਦੇਣਾ ਨੇ, ਲੋਕੇਸ਼ਨ ਕੰਟਰੀ ਇੱਥੇ ਜਿਹੜੀ ਤੁਹਾਡੀ ਕੀ ਕਹਿੰਦੇ ਨੇ
ਜਿਹੜਾ ਨੋਰਮਲ ਟੈਲੀਫੋਨ ਨੰਬਰ ਹੈਗਾ ਉਹ ਤੁਸੀਂ ਦੇ ਸਕਦੇ ਹੋ ਓਪਸ਼ਨਲ, ਜਿਹੜੀ ਈਮੇਲ ਐਡਰੈਸ ਉਹ ਵੀ ਓਪਸ਼ਨ ਹੈ, ਪਰ ਜਿੱਥੇ ਤੱਕ ਮੇਰਾ ਮੰਨਣਾ ਹੈ ਕਿ ਤੁਹਾਨੂੰ ਈਮੇਲ ਆਈਡੀ ਦੇਣੀ ਚਾਹੀਦੀ ਹੈ, ਜੇ ਪਾਸ ਤੁਸੀਂ ਫੋਨ ਨੰਬਰ ਨਹੀਂ ਦੇਣਾ ਚਾਹੁੰਦੇ ਤਾਂ ਈਮੇਲ ਐਡਰੈਸ ਦੇ ਦਿਓ, ਅਤੇ ਮੇਰਾ ਤਾਂ ਇਹੀ ਹੈ ਕਿ ਤੁਸੀਂ ਫੋਨ ਨੰਬਰ ਵੀ ਫਿਲਅਪ ਕਰੋ ਅਤੇ ਈਮੇਲ ਵੀ ਦਿਓ, ਹੈ ਓਪਸ਼ਨ ਨੇ ਪਰ ਪਲੀਜ਼ ਤੁਹਾਨੂੰ ਦੇਣਾ ਚਾਹੀਦਾ, ਕਿਉਂਕਿ ਕਈ ਵਾਰੀ ਹੁੰਦਾ ਮੈਸੇਜ ਜੇ ਤੁਹਾਡਾ ਰਿਫਿਊਜ਼ਲ ਨਹੀਂ ਵੀ ਲੱਗਣਾ ਹੋਇਆ, ਉਹਨਾਂ ਨੂੰ ਇਕੱਲਾ ਡਾਕੂਮੈਂਟ ਚਾਹੀਦਾ ਹੋਇਆ, ਤੁਹਾਨੂੰ ਡਾਇਰੈਕਟ ਈਮੇਲ ਨਾਲ ਕੰਟੈਕਟ ਕਰ ਸਕਦੇ ਨੇ, ਤੁਹਾਨੂੰ ਫੋਨ ਨੰਬਰ ਫੋਨ ਵੀ ਕਰ ਸਕਦੇ ਨੇ ਆਲਰੇਡੀ, ਇਸ ਲਈ ਤੁਹਾਡਾ ਬਹੁਤ ਬੈਨੀਫਿਟ ਹੈ, ਇੱਥੇ ਪਲੀਜ਼ ਆਪਣਾ ਫੋਨ ਨੰਬਰ ਫਿਲਅਪ ਕਰੋ। ਜਿੱਦਾਂ ਮੈਂ ਇੱਦਾਂ ਫਿਲਅਪ ਕਰ ਲਿਆ, ਈਮੇਲ ਐਡਰੈਸ ਕੋਈ ਵੀ ਤੁਸੀਂ ਦੇ ਸਕਦੇ, ਜਿੱਦਾਂ ਮੈਂ ਦੱਸਾਂ ਈਮੇਲ ਐਡਰੈਸ ਭਰਦਾ ਮੈਂ ਆਪਣਾ, ਫਿਰ ਜਿਹੜੀ ਜਿਹੜਾ ਨੈਕਸਟ ਐਪ ਆਉਂਦਾ ਡਾਕੂਮੈਂਟ, ਡਾਕੂਮੈਂਟਸ ਇੱਥੇ ਟਾਈਪ ਆਫ ਟਰੈਵਲ ਭਰਨਾ, ਇੱਥੇ ਹਮੇਸ਼ਾ ਭਰਨਾ ਪਾਸਪੋਰਟ, ਨੰਬਰ ਆਫ ਟਰੈਵਲ ਡਾਕੂਮੈਂਟਸ, ਇੱਥੇ ਤੁਸੀਂ ਉਹਦਾ ਮਤਲਬ ਕਿ ਜਿਹੜਾ ਤੁਹਾਡਾ ਨੈਸ਼ਨਲ ਜਿਹੜਾ ਵੀ ਤੁਹਾਡਾ ਨਾ ਪਾਸਪੋਰਟ ਨੰਬਰ ਹੈਗਾ ਤੁਸੀਂ ਇੱਥੇ ਭਰ ਦੇਣਾ, ਜਿੱਦਾਂ ਮੇਰਾ ਮੈਂ ਫਾਰ ਐਗਜ਼ਾਮਪਲ ਵਾਸਤੇ ਭਰਤਾ ਨਾ, ਜਿੱਦਾਂ ਕੋਈ ਵੀ ਇੱਥੇ ਆਪਣਾ ਪਾਸਪੋਰਟ ਨੰਬਰ ਭਰ ਦੇਣਾ, ਫਿਰ ਇੱਥੇ ਨੈਸ਼ਨੈਲਿਟੀ ਨੰਬਰ ਇਫ ਐਪਲੀਕੇਬਲ, ਮਤਲਬ ਕਿ ਜ਼ਰੂਰੀ ਨਹੀਂ ਹੈਗਾ ਤੁਸੀਂ ਇੱਥੇ ਭਰਨਾ ਹੀ ਭਰਨਾ, ਪਰ ਇਹ ਸਿਰਫ ਐਪਲੀਕੇਬਲ ਜੇ ਤੁਹਾਡੇ ਕੋਲ ਹੈਗਾ, ਜਿੱਦਾਂ ਇੱਥੇ ਤੁਸੀਂ ਆਧਾਰ ਕਾਰਡ ਨੰਬਰ ਭਰ ਸਕਦੇ ਹੋ, ਜਿਹੜਾ ਤੁਹਾਡਾ ਆਧਾਰ ਕਾਰਡ ਨੰਬਰ ਹੈ ਉਹ ਤੁਸੀਂ ਈਜ਼ੀਲੀ ਇੱਥੇ ਭਰ ਸਕਦੇ ਹੋ, ਜਿਹੜਾ ਡੇਟ ਆਫ ਪਾਸਪੋਰਟ ਤੁਹਾਡਾ ਕਦੋਂ ਇਸ਼ੂ ਹੋਇਆ, ਮੈਂ ਨੋਰਮਲ ਇੱਦਾਂ ਗਾ, ਸਾਰਾ ਵੈਲਿਡ ਇਸ਼ੂ ਆਫ ਸਟੇਟ, ਜਿੱਥੋਂ ਵੀ ਤੁਹਾਡਾ ਪਾਸਪੋਰਟ ਇਸ਼ੂ ਹੋਇਆ ਹੋਏਗਾ, ਸਟੇਟ ਲਿਖੀ ਪਰ ਉਹਨਾਂ ਨੇ ਇੱਦਾਂ ਇੰਡੀਆ, ਇਸ਼ੂ ਕੰਟਰੀ ਲਿਖਣਾ ਚਾਹੀਦਾ ਸੀ ਉਹਨਾਂ ਨੂੰ ਵੈਸੇ, ਅਤੇ ਇਸ਼ੂ ਬਾਏ ਇਸ਼ੂ ਇਨ ਇਹ ਨੋਰਮਲ ਹੈ, ਤੁਸੀਂ ਮੈਂ ਵੀ ਨਹੀਂ ਭਰੀਆਂ ਕਦੀ, ਪਰ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ, ਜਿੱਦਾਂ ਹੁਣ ਮੇਰੇ ਕੋਲ ਆਧਾਰ ਕਾਰਡ ਨਹੀਂ ਹੈਗਾ, ਮੈਂ ਬਾਹਰ ਰਹਿੰਦਾ ਵਾਂ ਹਮੇਸ਼ਾ, ਅਤੇ ਮੇਰੇ ਕੋਲ ਆਧਾਰ ਕਾਰਡ ਨਹੀਂ ਬਣਿਆ ਮੇਰਾ ਉੱਥੇ, ਇੱਥੇ ਤੁਸੀਂ ਆਪਣਾ ਆਧਾਰ ਕਾਰਡ ਫਿਲਅਪ ਕਰ ਸਕਦੇ ਹੋ। ਫਿਰ ਜਿਨ੍ਹਾਂ ਨੇ ਤਾਂ ਪਹਿਲਾਂ ਅਪਲਾਈ ਕੀਤਾ ਹੋਏਗਾ ਸ਼ੈਨਗਨ, ਜਿਹੜੇ ਪਹਿਲਾਂ ਗਏ ਨੇ ਨਾ, ਜਿੱਦਾਂ ਜਿਨ੍ਹਾਂ ਨੇ ਪਹਿਲਾਂ ਇਹ ਆਪਸ਼ਨ ਹੈਗਾ ਬਾਇਓਮੈਟ੍ਰਿਕ ਡਾਟਾ, ਜਿਨ੍ਹਾਂ ਨੇ ਪਹਿਲਾਂ ਜਰਮਨ ਹੋ ਕੇ ਆਏ ਨੇ ਜਾਂ ਈਯੂ 'ਚ ਕਿਤੇ ਵੀ ਗਏ ਨੇ, ਜਿਹੜੇ ਯੂਰੋਪੀਅਨ ਕੰਟਰੀ ਦੇ ਵਿੱਚ, ਅਤੇ ਉਹਨਾਂ ਨੇ ਇਹਦੇ ਵਿੱਚ ਪੁੱਛਣਦੇ ਕਿ ਤੁਸੀਂ ਪਹਿਲਾਂ ਆਪਣੇ ਫਿੰਗਰ ਪ੍ਰਿੰਟ ਦਿੱਤੇ ਨੇ, ਜੇ ਫਿੰਗਰ ਪ੍ਰਿੰਟ ਦਿੱਤੇ ਨੇ ਤੁਸੀਂ ਜੈਸ 'ਤੇ ਕਲਿੱਕ ਕਰਨਾ, ਫਿਰ ਇਹਨਾਂ ਨੇ ਤੁਹਾਨੂੰ ਪੁੱਛਣਾ, ਜਦੋਂ ਤੁਸੀਂ ਜੈਸ 'ਤੇ ਕਲਿੱਕ ਕਰੋਗੇ ਨਾ, ਫਿਰ ਉਹਨਾਂ ਨੇ ਪੁੱਛਣਾ ਕਿ ਹਾਂ ਤਾਂ ਕਿਹੜੀ ਡੇਟ ਨੂੰ ਦਿੱਤੇ, ਮਤਲਬ ਕਿ ਜੇ ਤੁਹਾਨੂੰ ਪਤਾ ਹੈ ਤਾਂ ਉੱਥੋਂ ਤੁਸੀਂ ਡੇਟ ਵੀ ਲਿਖ ਸਕਦੇ ਹੋ, ਅਤੇ ਜੇ ਤੁਹਾਡੇ ਕੋਲ ਜੇ ਤੁਸੀਂ ਗਏ ਹੋ ਤੁਹਾਡੇ ਕੋਲ ਵੀਜ਼ਾ ਸਟਿੱਕਰ ਹੁੰਦਾ ਹਮੇਸ਼ਾ, ਮਤਲਬ ਕਿ ਸਟਿੱਕਰ ਜਿੱਦਾਂ ਉਹ ਜਿੱਥੇ ਵੀਜ਼ਾ ਲੱਗਿਆ ਹੁੰਦਾ ਉਹਦੇ 'ਤੇ ਹਰ ਇੱਕ ਕੰਟਰੀ ਦਾ, ਜਿਹੜੀ ਵੀ ਕੰਟਰੀ ਤੁਸੀਂ ਗਏ ਹੋਏਗਾ ਆ ਜਾਂਦਾ, ਬੈਲਜੀਅਮ ਹੋ ਗਿਆ, ਚੇਸ਼ਨ ਹੋ ਗਿਆ, ਡੋਚਲੈਂਡ ਹੋ ਗਿਆ, ਡੈਨਮਾਰਕ ਹੋ ਗਿਆ, ਸਪੇਨ ਹੋ ਗਿਆ, ਫਰਾਂਸ ਹੋ ਗਿਆ, ਅਤੇ ਹਰ ਕੰਟਰੀ ਜਿੰਨੀਆਂ ਵੀ ਏਯੂ ਦੀਆਂ ਕੰਟਰੀਆਂ ਨੇ ਹੈਗੀਆਂ, ਯੂਰੋਪ ਦੀਆਂ ਕੰਟਰੀਆਂ, ਉਹਨਾਂ ਸਾਰਿਆਂ ਦੇ ਆਉਂਦੇ ਨੇ ਸਟਿੱਕਰ ਦੇ ਅੱਗੇ, ਮਤਲਬ ਕਿ ਸਟਿੱਕਰ ਦਾ ਜਿੱਥੇ ਨੰਬਰ ਲਿਖਿਆ ਹੋਣਾ ਉਹ ਨੰਬਰ ਤੋਂ ਪਹਿਲਾਂ ਇਹ ਤੁਸੀਂ ਚੂਜ਼ ਕਰਨਾ ਕਿ ਕਿਹੜੀ ਕੰਟਰੀ 'ਚ ਤੁਸੀਂ ਗਏ ਸੀ, ਜਿੱਦਾਂ ਆਸਟਰੀਆ ਦੇ ਵਿੱਚ, ਬੈਲਜੀਅਮ ਦੇ ਵਿੱਚ, ਉਹ ਚੂਜ਼ ਕਰਕੇ ਇਹ ਸ਼ੋਰਟ ਫੋਰਮ ਹੈਗੀ, ਇੱਥੇ ਉਹ ਨੰਬਰ ਭਰ ਦੇਣਾ, ਜਿੱਦਾਂ ਉੱਥੇ ਨੰਬਰ ਲਿਖਿਆ ਹੋਣਾ ਮੈਨੂੰ ਲੱਗਦਾ 7 or 8 digits ਦਾ ਨੰਬਰ ਹੁੰਦਾ ਆਈ ਥਿੰਕ, ਅਤੇ ਉਹ ਤੁਸੀਂ ਭਰ ਦੇਣਾ, ਜਿੱਦਾਂ ਮੇਰੇ ਕੋਲ ਨਹੀਂ ਹੈਗਾ, ਮੈਂ ਨਹੀਂ, ਕਿਉਂਕਿ ਤੁਹਾਡਾ ਰਿਕਾਰਡ ਹੋਏ ਫਿਰ ਫਿੰਗਰ ਪ੍ਰਿੰਟ ਨਹੀਂ ਲਿਆਉਂਦੇ ਹੋ, ਫਿਰ ਤੁਹਾਡਾ ਆਟੋਮੈਟਿਕਲੀ ਜਿਹੜਾ ਪੁਰਾਣਾ ਡਾਟਾ ਉਹਨੂੰ ਕਲੈਕਟ ਕਰ ਲੈਂਦੇ ਨੇ, ਥੋੜ੍ਹਾ ਈਜ਼ੀ ਹੋ ਜਾਂਦਾ। ਅਤੇ ਫਿਰ ਪਰਪਸ ਆਫ ਟਰੈਵਲ, ਫਿਰ ਜਿਹੜੇ ਪਰਪਸ ਨਾਲ ਤੁਸੀਂ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਕਿਹੜੇ ਟ੍ਰਾਂਸਿਟ ਫਲਾਈਟ ਲੈ ਲੱਗੇ ਹੋ, ਸਟੱਡੀਜ਼, ਇੱਥੇ ਕਿੰਨੇ ਆਪਸ਼ਨ ਆਉਂਦੇ ਪਏ ਨੇ, ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ, ਪਰ ਮੈਂ ਹੁਣ ਜਿਹੜਾ ਭਰਨਾ ਵਿਜ਼ਿਟ ਫੈਮਿਲੀ ਐਂਡ ਫਰੈਂਡਸ ਆ, ਜਿਹੜਾ ਨੋਰਮਲ ਸਾਡੇ ਪੰਜਾਬ ਦੇ ਵਿੱਚ ਭਰਿਆ ਜਾਂਦਾ,
ਤੇ ਅਦਰ ਪਲੀਜ਼ ਸਪੈਸੀਫਿਕ, ਜਿੱਦਾਂ ਸਪੈਸੀਫਿਕ ਹੁੰਦਾ ਕਿ ਤੁਸੀਂ ਕਵਰ ਲੈਟਰ ਤਿਆਰ ਕਰਦੇ ਹੁੰਦੇ ਹਮੇਸ਼ਾ ਹੀ, ਸਾਡੇ ਮਤਲਬ ਕਿ ਮਾਇੰਡ ਦੇ ਵਿੱਚ ਇਹ ਰਹਿੰਦਾ ਕਿ ਯਾਰ ਉਹਨਾਂ ਨੂੰ ਅਸੀਂ ਕਾਰਨ ਦੇਣਾ, ਅਸੀਂ ਕਾਹਤੋਂ ਚੱਲੇ ਹਾਂ ਬਾਹਰ ਨਾ, ਅਤੇ ਅਸੀਂ ਇਹ ਤਾਂ ਕਹਿ ਦਈਏ ਕਿ ਫੈਮਿਲੀ ਐਂਡ ਫਰੈਂਡਸ ਨੂੰ, ਅਤੇ ਅਸੀਂ ਉਹਨਾਂ ਨੂੰ ਕਾਰਨ ਦੱਸੀਏ ਕਿ ਤਾਂ ਕਿ ਉਹਨਾਂ ਨੂੰ ਵੀ ਸਟਰੋਂਗ ਤੋਂ ਜਿਹੜਾ ਮੋਟਿਵ ਮਿਲ ਜਾਵੇ ਸਾਨੂੰ ਵੀਜ਼ਾ ਦੇਣ ਵਾਸਤੇ। ਉਹਦੇ ਲਈ ਤੁਸੀਂ ਜਿਹੜਾ ਵੀ ਮੋਟਿਵ ਹੋਏਗਾ ਤੁਹਾਡਾ, ਜਿਹੜਾ ਵੀ ਓਕੇਸ਼ਨ ਤੋਂ ਤੁਸੀਂ, ਜੇ ਤੁਹਾਨੂੰ ਇੱਥੇ ਤੁਹਾਡੀ ਮੈਰਿਜ ਹੈ ਤੁਸੀਂ ਇੱਥੇ ਭਰ ਸਕਦੇ ਹੋ ਅਟੈਂਡ ਏ ਮੈਰਿਜ, ਜਾਂ ਬਰਥਡੇ ਪਾਰਟੀ, ਜਾਂ ਕ੍ਰਿਸਮਿਸ, ਜਾਂ ਕੁਛ ਵੀ ਜਿਹੜੀ ਅਦਰ ਓਕੇਸ਼ਨ 'ਤੇ ਜਿਹਦੇ ਲਈ ਤੁਸੀਂ ਜਾ ਰਹੇ ਹੋ, ਜਿਹਦੇ ਲਈ ਤੁਸੀਂ ਕਵਰ ਲੈਟਰ ਆਪਣਾ ਤਿਆਰ ਕਰਵਾਉਣਾ, ਤੁਸੀਂ ਇੱਥੇ ਫਿਲਅਪ ਕਰ ਸਕਦੇ ਹੋ। ਜਿੱਦਾਂ ਮੈਂ ਇੱਥੇ ਆਲਰੇਡੀ ਲਿਖ ਦਿੰਦਾ ਹਾਂ ਬਰਥਡੇ, ਮੈਂ ਬਰਥਡੇ ਪਾਰਟੀ ਨਾ, ਬਰਥਡੇ ਪਾਰਟੀ ਲਿਖਤੀ ਆ, ਅਤੇ ਮੈਂਬਰ ਆਫ ਸਟੇਟ ਫਸਟ ਐਂਟਰੀ, ਮਤਲਬ ਕਿ ਜਿਹੜੀ ਫਸਟ ਐਂਟਰੀ ਉਹ ਤੁਹਾਡੀ ਕਿਹੜੀ ਕੰਟਰੀ ਦੇ ਵਿੱਚ ਹੋਣੀ ਹੈ। ਜਿੱਦਾਂ ਮਤਲਬ ਕਿ ਜੇ ਤੁਹਾਡੇ ਕੋਲ ਸ਼ੈਨ, ਜਿਹੜਾ 90 ਦਿਨ ਦਾ ਹੁੰਦਾ, ਹਮੇਸ਼ਾ ਹੀ ਤੁਹਾਡੇ ਕੋਲ ਸ਼ੈਨਗਨ ਵੀਜ਼ਾ ਹੁੰਦਾ। ਤੁਸੀਂ ਕਿਸੇ ਕੰਟਰੀ ਦੇ ਵਿੱਚ, ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਜਰਮਨ ਦੇ ਵਿੱਚ ਪਹਿਲਾਂ, ਮਤਲਬ ਕਿ ਜਰਮਨ ਦਾ ਜੇ ਤੁਸੀਂ ਅੰਬੈਸੀ ਵਿੱਚ ਜਮ੍ਹਾਂ ਕਰਵਾਉਣ, ਤੁਸੀਂ ਜਰਮਨ ਦੇ ਵਿੱਚ ਉਤਰਨਾ। ਜੇ ਤੁਸੀਂ ਹੋਰ ਕਿਤੇ ਉਤਰਨਾ, ਪਹਿਲਾਂ ਫਰਾਂਸ ਉਤਰਨਾ, ਫਿਰ ਤੁਹਾਨੂੰ ਉੱਥੇ ਫਰਾਂਸ ਭਰਨਾ ਪੈਣਾ। ਜੇ ਜਰਮਨ ਉਤਰਨਾ ਫਿਰ ਜਰਮਨ, ਪਰ ਜ਼ਿਆਦਾਤਰ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜੇ ਤੁਸੀਂ ਜਰਮਨ ਅੰਬੈਸੀ ਜਮ੍ਹਾਂ ਕਰਵਾਉਂਦੇ ਹੋ, ਜਿਹੜੀ ਫਸਟ ਐਂਟਰੀ ਜਰਮਨ ਦੇ ਵਿੱਚ ਹੀ ਕੀਤੀ ਜਾਏ, ਕਿਸੇ ਹੋਰ ਕੰਟਰੀ ਦੇ ਵਿੱਚ ਕਰਵਾਉਂਦੇ ਹੋ ਫਸਟ ਐਂਟਰੀ ਉੱਥੇ ਹੀ ਕੀਤੀ ਜਾਏ, ਫਿਰ ਉਹਨਾਂ ਨੂੰ ਥੋੜ੍ਹਾ ਸ਼ੱਕ ਨਹੀਂ ਹੁੰਦਾ। ਉਹ ਵੀ ਥੋੜ੍ਹੇ ਮਤਲਬ ਕਿ ਕਲੀਅਰੈਂਸ ਜੀ ਹੁੰਦੀ ਥੋੜ੍ਹੀ ਤੁਹਾਡੇ ਵੀਜ਼ੇ ਨੂੰ ਲੈ ਕੇ ਨਾ, ਆਲਰੇਡੀ ਸਾਰਾ ਕੁਛ ਫਿਲਅਪ ਉਹ ਛੇਤੀ ਕਰ ਦਿੰਦੇ। ਫਿਰ ਜਿੱਦਾਂ ਮੈਂ ਇੱਥੇ ਭਰ ਦਾਂਗਾ ਜਰਮਨੀ, ਜਿਹੜੀ ਮੇਨ ਡੈਸਟੀਨੇਸ਼ਨ ਹੈਗੀ ਹੈ, ਮੇਨ ਡੈਸਟੀਨੇਸ਼ਨ ਜਿੱਦਾਂ ਕਈ ਫਰਾਂਸ, ਉਹ ਮੇਨ ਡੈਸਟੀਨੇਸ਼ਨ ਤਾਂ ਪੁੱਛਦੇ ਨੇ ਕਿਉਂਕਿ ਜਿਹੜੀ ਫਸਟ ਐਂਟਰੀ ਹੋ ਸਕਦਾ, ਤੁਸੀਂ ਫਰਾਂਸ ਉਤਰੋ, ਤੁਸੀਂ ਫਰਾਂਸ ਘੁੰਮ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਫਿਰ ਜਰਮਨ ਆਉਣਾ ਹੋਵੇ, ਤਾਂ ਕਰਕੇ ਫਸਟ ਜਿਹੜੀ ਮੇਨ ਡੈਸਟੀਨੇਸ਼ਨ ਹੈ ਉਹ ਵੀ ਇੱਥੇ ਜਰਮਨ ਲਿਖ ਦਾਂਗਾ। ਜਿਹੜੀ ਨੰਬਰ ਆਫ ਐਂਟਰੀ ਰਿਕੁਐਸਟ ਹੁੰਦੀ ਹੈ ਬਹੁਤ ਜ਼ਰੂਰੀ ਹੁੰਦੀ ਹੈ, ਇਹ ਬਹੁਤ ਜ਼ਰੂਰੀ ਹੁੰਦੀ ਹੈ। ਇੱਕ ਹੁੰਦੀ ਹੈ ਸਿੰਗਲ ਐਂਟਰੀ, ਸਿੰਗਲ ਐਂਟਰੀ ਹੁੰਦੀ ਹੈ ਕਿ ਜਿਹੜੀ ਡੇਟ ਤੁਸੀਂ ਦਿੱਤੀ ਅਤੇ ਜਿਹੜੀ ਡੇਟ ਤੋਂ ਤੁਸੀਂ ਮਤਲਬ ਕਿ ਜਿੱਦਾਂ ਤੁਸੀਂ ਡੇਟ ਦਿੱਤੀ ਕਿ 30 ਦਿਨ ਲਈ ਨਾ, 30 ਦਿਨ ਲਈ, ਮਤਲਬ ਕਿ 1 ਅਗਸਤ ਨੂੰ ਆਉਣਾ ਅਤੇ 30 ਅਗਸਤ ਨੂੰ ਵਾਪਸ ਚਲ ਜਾਣਾ। ਸਿੰਗਲ ਐਂਟਰੀ ਸਿਰਫ ਉਨਾ ਹੀ ਵੀਜ਼ਾ ਹੋਣਾ ਤੁਹਾਡੇ ਕੋਲ, ਸਿੰਗਲ ਐਂਟਰੀ ਰਿਕੁਐਸਟ ਹੁੰਦੀ ਜਿਹੜੀ, ਫਿਰ ਉਹਨਾਂ ਨੇ ਉਨਾ ਹੀ ਵੀਜ਼ਾ ਦੇਣਾ। 5 ਦਿਨ ਵਾਧਾ ਦੇ ਦੇਣਗੇ, ਜਾਂ 3 ਦਿਨ ਵਾਧਾ ਦੇ ਦੇਣਗੇ, ਜਾਂ 10 ਦਿਨ ਵਾਧਾ ਦੇ ਦੇਣਗੇ, ਕਿ ਐਵੇਂ ਨੋਟ ਫਾਲ ਦੇ ਵਿੱਚ ਕੋਈ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਬੰਦਾ ਬਿਮਾਰ ਹੋ ਜਾਂਦਾ, ਕੁਛ ਹੋ ਜਾਂਦਾ, ਜਾਂ ਅੱਗੇ ਪਿੱਛੇ ਬੰਦੇ ਨੂੰ ਫਲਾਈਟ ਹੋ ਜਾਂਦੀ, ਕੈਂਸਲ ਹੋ ਜਾਂਦੀ, ਇਸ ਲਈ। ਪਰ ਜਿਹੜਾ ਸਿੰਗਲ ਐਂਟਰੀ ਹੁੰਦਾ ਸਿਰਫ ਉਨਾ ਹੀ ਹੁੰਦਾ ਕਿ ਜਿੰਨੀ ਡੇਟ ਤੁਸੀਂ ਫਿਲਅਪ ਕੀਤੀ ਉਨਾ ਹੀ ਭਰਨਾ। ਕਿਉਂਕਿ ਟਵਿਸਟ ਐਂਟਰੀ ਹੁੰਦੀ ਹੈ, ਟਵਿਸਟ ਐਂਟਰੀ ਹੁੰਦੀ ਕਿ ਇੱਕ ਤੁਸੀਂ ਫਿਰ ਜਾ ਕੇ ਫਿਰ ਤੁਸੀਂ ਆ ਸਕਦੇ ਹੋ, ਤੁਹਾਡੇ ਉਹਦੇ ਵਿੱਚ ਸ਼ੋਰਟ ਟਰਮ ਵੀਜ਼ਾ ਮਤਲਬ ਕਿ ਵਿੱਚ ਲਿਖਿਆ ਹੁੰਦਾ ਕਿ ਇਹਦਾ ਟਵਿਸਟ ਐਂਟਰੀ ਵੀਜ਼ਾ। ਜਿੱਦਾਂ ਮਤਲਬ ਕਿ ਫਿਰ ਤੁਸੀਂ ਇੱਕ ਵਾਰੀ ਇੰਡੀਆ ਆ ਕੇ ਤੁਸੀਂ ਫਿਰ ਜਾ ਸਕਦੇ ਹੋ ਨਾ, ਇਹ ਮਤਲਬ ਕਿ 2 ਵਾਰੀ, ਪਰ ਉਹ ਤੁਹਾਡਾ ਮਤਲਬ ਕਿ ਨੋਟ ਹੋ ਜਾਂਦਾ ਆਟੋਮੈਟਿਕਲੀ ਜੇ ਤੁਸੀਂ ਇਮੀਗ੍ਰੇਸ਼ਨ ਤੋਂ ਬੰਦ ਹੋ ਜਾ ਰਿਮੋਟ ਕਰਕੇ। ਜਿਹੜਾ ਮਲਟੀਪਲ ਐਂਟਰੀ ਹੁੰਦਾ, ਪਲੀਜ਼ ਜਦੋਂ ਵੀ ਤੁਸੀਂ ਫਾਰਮ ਭੇਜੋ ਸਿੰਗਲ ਐਂਟਰੀ ਕਰੋ, ਠੀਕ ਹੈ। ਮੈਂ ਜ਼ਰੂਰ ਮੰਨਦਾ ਵਾਂ ਕਿ ਸਿੰਗਲ ਐਂਟਰੀ ਦੇ ਵਿੱਚ ਨਾ ਤੁਹਾਡੀ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ, ਪਰ ਮਲਟੀਪਲ ਐਂਟਰੀ ਦੇ ਵਿੱਚ ਵੀ ਚਾਂਸ ਬਹੁਤ ਹੁੰਦੇ ਨੇ। ਮਲਟੀਪਲ ਐਂਟਰੀ ਕਰੋ, ਮਲਟੀਪਲ ਜਿਹੜੀ ਐਂਟਰੀ ਹੁੰਦੀ ਆ ਉਹ ਬੈਨੀਫਿਟ ਹੁੰਦੀ ਹੈ, ਕਿਉਂਕਿ ਹੋ ਸਕਦਾ ਤੁਹਾਡੇ ਚਾਂਸ ਉਹ ਤੁਹਾਨੂੰ ਕਹਿਣ ਕਿ ਤੁਹਾਡਾ ਤੁਹਾਡਾ ਮਤਲਬ ਕਿ ਜਿੱਦਾਂ ਐਜ਼ ਏ ਜਿਹੜਾ ਬੰਦਾ ਚਾਈਲਡ ਮਤਲਬ ਕਿ ਆਪਣੀ ਫਾਈਲ ਲਗਾ ਰਿਹਾ, ਉਹ ਕਹਿ ਕਿ ਤੁਹਾਡੀ ਮਦਰ ਅਤੇ ਫਾਦਰ ਉੱਥੇ ਰਹਿੰਦੇ ਨੇ, ਤੁਸੀਂ ਇਕੱਲੇ ਇੱਥੇ ਕੀ ਕਰਦੇ ਪਏ ਹੋ, ਜਾਂ ਤੁਹਾਡਾ ਜਿੱਦਾਂ ਮੈਂ ਆਪਣੇ ਫੈਮਿਲੀ ਲਈ ਅਪਲਾਈ ਕਰਾਂ ਆਪਣੇ ਮਦਰ ਵਾਸਤੇ ਅਤੇ ਫਾਦਰ ਵਾਸਤੇ ਨਾ, ਅਤੇ ਮੈਂ ਇੱਥੇ ਰਹਿੰਦਾ ਹਾਂ, ਮੇਰੀ ਸਿਸਟਰ ਵੀ ਇੱਥੇ ਰਹਿੰਦੀ, ਮੇਰੀ ਵਾਈਫ ਵੀ ਇੱਥੇ, ਮੇਰੇ ਬੱਚੇ ਵੀ ਇੱਥੇ ਹੋਣ, ਅਤੇ ਉਹਨਾਂ ਨੇ ਕਹਿਣਾ ਕਿ ਸਾਰੀ ਜਿਹੜੀ ਇਹਨਾਂ ਦੀ ਹਾਫ ਫੈਮਿਲੀ ਉਹ ਤਾਂ ਇੱਥੇ ਰਹਿੰਦੀ ਵੀ ਆ, ਅਤੇ ਇਹਨਾਂ ਨੂੰ ਹਮੇਸ਼ਾ ਆਉਣਾ ਜਾਣਾ ਪੈਂਦਾ, ਫਿਰ ਇਹਨਾਂ ਦੇ ਵੀ ਕਿੰਨਾ ਸਟ੍ਰੈਸ ਹੁੰਦਾ। ਜਿੱਦਾਂ ਨੋਰਮਲ ਮੈਨੂੰ ਇੱਥੇ ਫਲਿਸਟਿੰਗ ਕਲੇਮ ਰਿਸਪੋਂਸ ਲੈਟਰ ਤਿਆਰ ਕਰਨਾ ਪੈਂਦਾ, ਫਿਰ ਉਹ ਇੰਡੀਆ ਭੇਜਣਾ ਪੈਂਦਾ ਓਰੀਜਨਲ, ਫਿਰ ਉਹਨਾਂ ਨੂੰ ਅਪੋਇੰਟਮੈਂਟ ਲੈਣੀ ਪੈਂਦੀ, ਮਤਲਬ ਕਿ ਕਿੰਨਾ ਟਾਈਮ ਵੇਸਟ ਕਰਨਾ ਪੈਂਦਾ ਨਾ, ਫਿਰ ਜਾ ਕੇ ਉਹਨਾਂ ਵੀਜ਼ਾ ਮਿਲਦਾ। ਫਿਰ ਉਹ ਮਲਟੀਪਲ ਐਂਟਰੀ ਜੇ ਤੁਸੀਂ ਭਰੋਗੇ ਤਾਂ ਉਹ ਈਜ਼ੀ ਰਹਿੰਦਾ, ਫਿਰ ਉਹ ਹੋ ਸਕਦਾ ਤੁਹਾਨੂੰ 5 ਸਾਲ ਦਾ ਵੀਜ਼ਾ ਵੀ ਦੇ ਦੇਣ, ਹੋ ਸਕਦਾ ਸਾਲ ਦਾ ਵੀਜ਼ਾ ਵੀ ਦੇ ਦੇਣ, ਹੋ ਸਕਦਾ ਮਤਲਬ ਕਿ
ਉਹਨਾਂ ਤੇ ਡਿਪੈਂਡ ਕਰਦਾ ਫਿਰ ਨਾ, ਮਤਲਬ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਠੀਕ ਹੈ ਮਲਟੀਪਲ ਐਂਟਰੀ ਹੈਗੀ ਹੈ ਨੋਰਮਲ, ਕੋਈ ਚੱਕਰ ਨਹੀਂ, ਇੱਥੇ ਮਲਟੀਪਲ ਐਂਟਰੀ ਜ਼ਰੂਰ ਤੁਸੀਂ ਫਿਲਅਪ ਕਰੋ, ਕੋਸ਼ਿਸ਼ ਕਰੋ ਕਿ ਮਲਟੀਪਲ ਐਂਟਰੀ 'ਤੇ ਤੁਹਾਨੂੰ ਵੀਜ਼ਾ ਮਿਲੇ, ਉਹ ਤੁਹਾਡੇ ਲਈ ਸੌਖਾ ਵੀਜ਼ਾ ਰਹਿੰਦਾ। ਫਿਰ ਜੇ ਤੁਸੀਂ 30 ਦਿਨ ਵੀ ਪਲੈਨ ਕੀਤੇ ਨੇ, ਤੁਸੀਂ 90 ਦਿਨ ਵੀ ਉੱਥੇ ਜਾ ਕੇ ਰਹਿ ਸਕਦੇ ਹੋ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਹੁਣ ਇੱਥੇ ਆ ਕੇ ਨਾ ਪਲੈਨ ਉਹਨਾਂ ਨੇ ਪੁੱਛ ਲਿਆ ਕਿ ਤੁਸੀਂ ਦੱਸੋ ਕਦੋਂ ਤੋਂ ਮਤਲਬ ਕਿ ਪਲੈਨ ਕੀਤਾ। ਹੁਣ ਜਿੱਦਾਂ ਮੈਂ ਇੱਥੇ ਨੋਰਮਲੀ ਲਿਖਦਾ ਕਿ 1 ਜੁਲਾਈ ਤੋਂ, ਫਸਟ ਜੁਲਾਈ ਤੋਂ 30 ਜੁਲਾਈ ਤੱਕ, ਇਹ ਉਹੀ ਗੱਲ ਹੋ ਗਈ। ਜੇ ਤੁਸੀਂ ਸਿੰਗਲ ਐਂਟਰੀ ਪਾਉਂਦੇ ਹੋ, ਸਿੰਗਲ ਐਂਟਰੀ ਸਿਰਫ ਉਹਨਾਂ ਨੇ ਵੀਜ਼ਾ ਉਨਾ ਹੀ ਦੇਣਾ ਤੁਹਾਨੂੰ, ਹੋ ਸਕਦਾ 5 ਦਿਨ ਐਕਸਟਰਾ ਦੇਣ, 10 ਦਿਨ ਐਕਸਟਰਾ ਦੇਣ, ਕਿਉਂਕਿ ਪਹਿਲਾਂ ਮੇਰੀ ਫੈਮਿਲੀ ਨੇ ਇੱਦਾਂ ਹੋਇਆ ਸੀ, ਮੈਂ ਆਪਣੀ ਫੈਮਿਲੀ ਨੂੰ ਇੱਥੇ ਮਤਲਬ ਕਿ ਬੁਲਾਇਆ ਸੀ, ਸਪੋਂਸਰ ਲੈਟਰ ਭੇਜਿਆ ਸੀ, ਉਹਨਾਂ ਨੇ ਉਹਨਾਂ ਨੂੰ ਕਰੈਕਟ ਉਨਾ ਹੀ ਵੀਜ਼ਾ ਦਿੱਤਾ ਸੀ, 20 ਦਿਨ ਦਾ, 22 ਡੇਜ਼ ਦਾ, ਆਹੋ ਸਾਲੇ ਬਹੁਤੇ ਕੁੱਤੇ ਸੀ। ਤਾਂ ਹੀ ਮੈਂ ਕਹਿੰਦਾ ਕਿ ਜਿਹੜੀ ਮਲਟੀਪਲ ਐਂਟਰੀ ਹੈ ਨਾ, ਉਹ ਮਤਲਬ ਕਿ ਮਲਟੀਪਲ ਐਂਟਰੀ ਰਿਕੁਐਸਟ ਪਾਓ, ਤਾਂ ਕਿ ਤੁਹਾਨੂੰ ਵੀ ਮਤਲਬ ਕਿ ਤੁਸੀਂ ਕਿਹੜਾ ਹੋ ਸਕਦਾ ਫੈਮਿਲੀ ਨੂੰ ਫਿਰ ਤੋਂ ਦੁਬਾਰਾ ਬੁਲਾਉਣਾ ਹੀ ਹੁੰਦਾ ਬੰਦੇ ਨੇ, ਕਿ ਚਲੋ ਕਈ ਵਾਰੀ ਬੰਦੇ ਕੋਲ ਨਹੀਂ ਜਾਣ ਹੁੰਦਾ, ਇੱਥੇ ਕੰਮ ਕਾਰ ਜ਼ਿਆਦਾ ਹੁੰਦਾ, ਬੰਦਾ ਕਹਿੰਦਾ ਕਿ ਚਲੋ ਮੈਂ ਤਾਂ ਫੈਮਿਲੀ ਨੂੰ ਮਿਲ ਨਹੀਂ ਜਾ ਸਕਦਾ, ਉਹੀ ਮੈਨੂੰ ਆ ਜਾਣ ਮਿਲ ਕੇ। ਜਿੱਦਾਂ ਹੁਣ ਮੈਂ ਫੈਮਿਲੀ ਨਾਲ ਰਹਿੰਦਾ ਵਾ, ਸਾਡੀਆਂ 3 ਟਿਕਟਾਂ ਲੱਗਦੀਆਂ ਨੇ, ਅਤੇ ਜੇ ਮੈਂ ਕਹਾਂ ਕਿ ਚਲੋ ਠੀਕ ਹੈ ਇੰਡੀਆ ਦੇ ਅਸੀਂ ਜਾਂਦੇ ਰਹਿੰਦੇ ਹਾਂ, ਚਲੋ ਮੇਰੀ ਫੈਮਿਲੀ ਨੂੰ ਉੱਥੇ ਬੁਲਾਉਂਦੇ, ਉਹਨਾਂ ਨੂੰ ਗਰਮੀਆਂ ਦੀ ਗਰਮੀਆਂ ਬੁਲਾ ਲੈਂਦੇ ਇੱਥੇ, ਕਿ ਚਲੋ ਉੱਥੇ ਠੰਡਾ ਮੌਸਮ ਹੁੰਦਾ ਥੋੜ੍ਹਾ, ਨਾਲੇ ਬੰਦਾ ਘੁੰਮਾ ਦਿੰਦਾ, ਅਤੇ ਇਸ ਲਈ ਮਲਟੀਪਲ ਐਂਟਰੀ ਜ਼ਰੂਰ ਪਾਓ। ਫਿਰ ਆ ਜਿਹੜੀ ਇਫ ਨਸੈਸਰੀ ਜਿੱਦਾਂ ਪਰਮਿਟ, ਇਹ ਤੁਸੀਂ ਇੱਦਾਂ ਹੀ ਛੱਡ ਸਕਦੇ ਹੋ, ਫਾਈਨਲ ਡੈਸਟੀਨੇਸ਼ਨ, ਇਹ ਤੁਹਾਨੂੰ ਕੋਈ ਲੋੜ ਨਹੀਂ ਹੈਗਾ। ਜੇ ਇਹ ਤਾਂ ਹੈ ਉਹਦੇ ਲਈ ਹੈ ਕਿ ਜਦੋਂ ਤੁਸੀਂ ਪਹਿਲਾਂ ਜਰਮਨ ਦੇ ਵਿੱਚ ਉਤਰਨਾ, ਪਰ ਤੁਸੀਂ ਫਿਰ ਜਰਮਨ ਤੋਂ ਫਰਾਂਸ ਜਾਓਗੇ, ਸਪੇਨ ਘੁੰਮਣ ਜਾਓਗੇ, ਤੁਸੀਂ ਫਿਰ ਸਪੇਨ ਤੋਂ ਇੰਡੀਆ ਆਉਣਾ, ਉਹਦੇ ਲਈ ਤੁਹਾਨੂੰ ਭਰਨਾ ਪੈਣਾ, ਹੋਰ ਕੋਈ ਦਿੱਕਤ ਨਹੀਂ ਹੈਗੀ। ਫਿਰ ਇੱਥੇ ਰੈਫਰੈਂਸ ਜਿਹੜੇ ਬੰਦੇ ਨੇ ਤੁਹਾਨੂੰ ਬੁਲਾਇਆ ਹੋਏਗਾ, ਇਨਵਾਈਟਿੰਗ ਪਰਸਨ, ਇਹਦੇ ਵਿੱਚ ਵੱਖਰੇ ਵੱਖਰੇ ਆ ਜਾਂਦੇ ਨੇ। ਇਹਦੇ ਵਿੱਚ ਜੇ ਤੁਸੀਂ ਹੋਟਲ ਬੁੱਕ ਕੀਤਾ, ਤੁਹਾਨੂੰ ਕਿਸੇ ਨੇ ਨਹੀਂ ਸਪੋਂਸਰ ਲੈਟਰ ਕੀਤਾ, ਫਿਰ ਤੁਸੀਂ ਹੋਟਲ 'ਤੇ ਕਲਿੱਕ ਕਰਨਾ। ਜੇ ਤੁਸੀਂ ਮਤਲਬ ਕਿ ਇਨਵਾਈਟ AU ਸਿਟੀਜਨ ਹੈਗਾ, ਤੁਸੀਂ AU ਸਿਟੀਜਨ 'ਤੇ ਕਲਿੱਕ ਕਰਨਾ। ਇਨਵਾਈਟਿੰਗ ਪਰਸਨ ਹੁੰਦਾ ਕਿ ਜਿੱਦਾਂ ਮੈਂ ਵਾਂ, ਇਨਵਾਈਟ ਮੈਂ ਆਪਣੀ ਫੈਮਿਲੀ ਨੂੰ ਬੁਲਾ ਰਿਹਾ ਵਾਂ ਜਾਂ ਤੁਸੀਂ ਬੁਲਾ ਰਹੇ ਹੋ, ਫਿਰ ਉਹ ਤੁਸੀਂ ਉਹ 'ਤੇ ਕਲਿੱਕ ਕਰੋਗੇ। ਫਿਰ ਤਾਂ ਸਾਰੀ ਜਿਹੜਾ ਜੋ ਵੀ ਇੱਥੇ ਸਾਰਾ ਦੇਣਾ ਤੁਸੀਂ ਮੇਰਾ ਦੇਣਾ ਇੱਥੇ ਆਲਰੇਡੀ ਨਾ। ਜਿੱਦਾਂ ਵੀ ਹੁਣ ਜਿੱਦਾਂ ਇਨਵਾਈਟ ਮੈਨੂੰ ਕੀਤਾ, ਹੁਣ ਮੈਂ ਆਪਣੀ ਵੀ ਐਪਲੀਕੇਸ਼ਨ ਭਰਦਾ ਪਿਆ, ਮੈਂ ਹੁਣ ਇਨਵਾਈਟ ਕਰਨ ਵਾਲਾ ਮੇਰਾ ਬ੍ਰਦਰ ਹੈ, ਹੁਣ ਮੈਂ ਉਹਦਾ ਨਾਂ ਭਰ ਦਾਂਗਾ, ਕਿਉਂਕਿ ਉਹ ਮੈਨੂੰ ਇਨਵਾਈਟ ਕਰਦਾ ਪਿਆ ਕਿ ਮੈਂ ਜਰਮਨ ਵਿੱਚ ਜਾਵਾਂ। ਫਿਰ ਮੈਂ ਸਾਰੀ ਜਿਹੜੀ ਉਹਦੀ ਡਿਟੇਲ ਹੈ, ਉਹ ਜਰਮਨ 'ਚ ਕਿੱਥੇ ਰਹਿੰਦਾ, ਮੈਨੂੰ ਸਾਰੀ ਉਹ ਭਰਨੀ ਪੈਣੀ ਹੈ। ਪਲੇਸ ਆਫ ਬਰਥ ਨੈਸ਼ਨੈਲਿਟੀ ਹੈ, ਤੁਸੀਂ ਛੱਡ ਸਕਦੇ ਹੋ ਜੇ ਤੁਹਾਡੇ ਜੇ ਤੁਹਾਨੂੰ ਜੇ ਤੁਸੀਂ ਭਰਨੀ ਹੈ ਭਰ ਵੀ ਸਕਦੇ ਹੋ, ਜੇ ਤੁਸੀਂ ਛੱਡਣੀ ਛੱਡ ਵੀ ਸਕਦੇ ਹੋ। ਜ਼ਰੂਰੀ ਹੈਗਾ ਜਿੱਥੇ ਆ ਸਟਾਰ ਬਣਿਆ ਹੋਇਆ ਨਾ, ਇਹ ਫਿਲਅਪ ਹੋਣੇ ਚਾਹੀਦੇ ਜ਼ਰੂਰ ਆਪਸ਼ਨ, ਕਿਉਂਕਿ ਇਹ ਜੇ ਤੁਸੀਂ ਛੱਡ ਵੀ ਦਿੰਦੇ ਹੋ, ਪਲੇਸ ਆਫ ਬਰਥ ਹੋ ਗਿਆ, ਡੇਟ ਆਫ ਬਰਥ ਹੋ ਗਿਆ, ਉਹ ਕਿਉਂਕਿ ਉਹਦੀ ਫੋਟੋ ਕਾਪੀ ਅਤੇ ਉਹਦਾ ਜਿਹੜਾ ਕਾਰਡ ਦਾ ਜਿਹੜਾ ਉਹਦਾ ਗ੍ਰੀਨ ਕਾਰਡ ਹੁੰਦਾ, ਉਹ ਹਮੇਸ਼ਾ ਨਾਲ ਲੱਗਦਾ, ਉਹਦੇ 'ਤੇ ਚੈੱਕਆਊਟ ਕਰ ਸਕਦੇ ਨੇ। ਜਿੱਦਾਂ ਸਟਰੀਟ ਇੱਥੇ ਮੈਂ ਲਿਖ ਦਾਂਗਾ ਕੋਈ ਵੀ, ਫਰੈਂਕਫੂਰਟ ਸਟਰਾਸ, ਹਾਊਸ ਨੰਬਰ ਹੈਗਾ 1-02, ਪੋਸਟ ਕੋਡ ਹੈਗਾ 6-3-0-6-3, ਲੋਕੇਸ਼ਨ ਹੈਗੀ ਆ ਫਰੈਂਕਫਰਟ, ਕੰਟਰੀ ਹੈਗੀ ਆ ਜਰਮਨ। ਹੁਣ ਬਸ ਇਹ ਮੈਂ ਉਹਨਾਂ ਦਾ ਭਰਤਾ ਆਲਰੇਡੀ, ਮਤਲਬ ਕਿ ਜਿੱਦਾਂ ਮੇਰਾ ਜੋ ਵੀ ਮੈਨੂੰ ਇਨਵਾਈਟ ਕਰਦਾ ਪਿਆ, ਮੇਰਾ ਫਰੈਂਡ ਇਨਵਾਈਟ ਕਰਦਾ ਪਿਆ, ਮੈਂ ਉਹਦੇ ਲਈ ਹਮੇਸ਼ਾ ਉਹਦਾ ਐਡਰੈਸ, ਜਿਹੜਾ ਫੈਮਿਲੀ ਨੇਮ ਹੈਗਾ, ਉਹਦਾ ਨਾਮ ਹੈਗਾ, ਜੋ ਵੀ ਉਹ ਜਿੱਥੇ ਰਹਿੰਦਾ
ਮੈਨੂੰ ਭਾਣਾ, ਕਿਉਂਕਿ ਉਹ ਜਿਹੜਾ ਨਾ ਆਟੋਮੈਟਿਕਲੀ ਜਦੋਂ ਤੁਸੀਂ ਉਹਨਾਂ ਨੂੰ ਪਾਸਵਰਡ ਲਾਓਗੇ ਜਾਂ ਉਹਦਾ ਗ੍ਰੀਨ ਕਾਰਡ ਲਾਓਗੇ ਤਾਂ ਚੈੱਕਅਪ ਕਰਨਾ, ਚੈੱਕਆਊਟ ਕਰਦੇ ਨੇ ਕਿ ਹਾਂ ਇਹ ਬੰਦੇ ਦਾ ਸਹੀ ਐਡਰੈਸ ਹੈਗਾ ਕਿ ਨਹੀਂ ਹੈਗਾ। ਸਪੋਂਸ ਲੈਟਰ 'ਤੇ ਵੀ ਹਮੇਸ਼ਾ ਲਿਖਿਆ ਹੁੰਦਾ ਜਿਹੜੇ ਬੰਦੇ ਨੇ ਇਨਵਾਈਟ ਕੀਤਾ ਉਹਦਾ ਐਡਰੈਸ ਲਿਖਿਆ ਹੁੰਦਾ ਤੁਹਾਡਾ ਨਾ। ਫਿਰ ਇੱਥੇ ਜੋ ਤੁਸੀਂ ਟੈਲੀਫੋਨ ਨੰਬਰ ਉਹਦਾ ਵੀ ਭਰ ਸਕਦੇ ਹੋ, ਤੁਸੀਂ ਈਮੇਲ ਵੀ ਭਰ ਸਕਦੇ ਹੋ, ਜਿੱਦਾਂ ਮੈਂ ਈਮੇਲ ਜੇ ਤੁਹਾਡਾ ਦਿਲ ਕਰੇ ਤੁਸੀਂ ਉਹਦਾ ਈਮੇਲ ਐਡਰੈਸ ਭਰ ਸਕਦੇ ਹੋ ਜਾਂ ਟੈਲੀਫੋਨ ਨੰਬਰ ਭਰ ਸਕਦੇ ਹੋ। ਅਤੇ ਫਿਰ ਆ ਜਾਂਦੇ ਆ ਟਰੈਵਲ ਐਕਸਪੈਂਸਿਵ। ਟਰੈਵਲ ਐਕਸਪੈਂਸਿਵ ਹੈਗਾ ਕਿ ਤੁਸੀਂ ਮਤਲਬ ਕਿ ਜੇ ਤਾਂ ਤੁਸੀਂ ਹੋਟਲ ਦਾ ਮਤਲਬ ਕਿ ਹੋਟਲ ਬੁਕਿੰਗ ਕਰਕੇ ਚੱਲੇ ਹੋ ਫਿਰ ਤਾਂ ਬਾਈ ਐਪਲੀਕੈਂਟ ਦੈਮ ਸੈਲਸ ਨਾ, ਫਿਰ ਮਤਲਬ ਕਿ ਤੁਸੀਂ ਆਪਣਾ ਖਰਚਾ ਆਪ ਹੀ ਚੱਕ ਰਹੇ ਹੋ। ਪਰ ਜੇ ਤੁਹਾਨੂੰ ਕੋਈ ਬੁਲਾ ਰਿਹਾ ਫਿਰ ਥਰਡ ਪਾਰਟੀ, ਫਿਰ ਤੁਸੀਂ ਇੱਥੇ ਕਲਿੱਕ ਕਰਨਾ ਔਲਰੇਡੀ ਥਰਡ ਪਾਰਟੀ 'ਤੇ, ਫਿਰ ਬਾਏ ਇਨਵਾਈਟਿੰਗ ਪਰਸਨ 'ਤੇ, ਠੀਕ ਹੈ। ਫਿਰ ਤੁਸੀਂ ਬਾਏ ਇਨਵਾਈਟਿੰਗ ਪਰਸਨ ਕਰੋਗੇ, ਫਿਰ ਇਹਦਾ ਮਤਲਬ ਹੈਗਾ ਕਿ ਜਿੱਦਾਂ ਤੁਹਾਡੇ ਕੋਲ ਸ਼ੋ ਮਨੀ ਨਹੀਂ ਹੁੰਦੀ, ਕਈ ਵਾਰੀ ਸ਼ੋ ਮਨੀ ਬੰਦੇ ਕੋਲ 4-5 ਲੱਖ ਰੁਪਈਆ ਅੱਜ ਦੇ ਟਾਈਮ 'ਚ 3-4 ਲੱਖ ਰੁਪਈਆ ਬਹੁਤ ਘੱਟ ਹੁੰਦਾ ਸ਼ੋ ਮਨੀ ਕਰਵਾਉਣ ਵਾਸਤੇ, ਮਤਲਬ ਕਿ ਪੂਰਾ ਪੂਰਾ ਹੀ ਹੁੰਦਾ ਬੰਦਾ ਮਹੀਨੇ ਵਾਸਤੇ ਨਾ। ਫਿਰ ਵੀ ਉਹ ਮਤਲਬ ਕਿ ਜਦੋਂ ਜਦੋਂ ਤੋਂ ਕੋਈ ਇਨਵਾਈਟ ਕਰਦਾ, ਜੇ ਤੁਸੀਂ ਇੱਦਾਂ ਥਰਡ ਪਾਰਟੀ ਭਰਦੇ ਹੋ ਸਾਰਾ ਕੁਝ ਉਹਨਾਂ ਤੁਹਾਡਾ ਖਰਚਾ ਆਲਰੇਡੀ ਉਹ ਇੱਦਾਂ ਭਰ ਦਿੰਦਾ, ਫਿਰ ਤੁਹਾਨੂੰ ਸ਼ੋ ਮਨੀ ਤੁਹਾਡੇ ਕੋਲ 2 ਲੱਖ ਵੀ ਹੋਵੇ ਫਿਰ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੁਹਾਡੇ ਬੈਂਕ ਦੇ ਵਿੱਚ, ਤਾਂ ਵੀ ਕੋਈ ਮਤਲਬ ਕਿ ਜਿਹੜਾ ਸ਼ੋ ਮਨੀ ਦਾ ਕੋਈ ਚੱਕਰ ਨਹੀਂ ਪੈਂਦਾ। ਫਿਰ ਇੱਥੇ ਤੁਸੀਂ ਮੀਨਸ ਆਫ ਸਭ ਮਤਲਬ ਕਿ ਤੁਸੀਂ ਕੀ ਲੈ ਕੇ ਚੱਲੋ, ਜਿੱਦਾਂ ਕੈਸ਼ ਕ੍ਰੈਡਿਟ ਕਾਰਡ, ਅੱਜ ਦੇ ਟਾਈਮ 'ਚ ਕ੍ਰੈਡਿਟ ਕਾਰਡ ਮੈਨੂੰ ਤਾਂ ਸਾਰੇ ਹੈਗੇ ਇੰਡੀਆ ਦੇ ਵਿੱਚ ਨਾ। ਅਤੇ ਜੋ ਵੀ ਮਤਲਬ ਕਿ ਇਹ ਤੁਸੀਂ ਆਲਰੇਡੀ ਤੁਸੀਂ ਲੈ ਕੇ ਇੱਥੇ ਪੇਮੈਂਟ ਕੈਸ਼ ਟਰੈਵਲ ਚੈੱਕ ਹੁੰਦਾ, ਟਰੈਵਲ ਚੈੱਕ ਇੰਡੀਆ ਮੈਨੂੰ ਲੱਗਦਾ ਯੂਜ਼ ਹੁੰਦੇ ਹੋਣਗੇ, ਪਰ ਟਰੈਵਲ ਚੈੱਕ ਉਹ ਵੱਡੀਆਂ ਵੱਡੀਆਂ ਕੰਪਨੀਆਂ ਯੂਜ਼ ਕਰਦੀਆਂ ਨੇ ਜਿੱਦਾਂ ਟਰੈਵਲ ਚੈੱਕ ਹੁੰਦੇ ਨੇ ਇੱਥੇ। ਜਿਹੜੀ ਪ੍ਰੀਪੇਡ ਐਕਮੈਂਟੇਸ਼ਨ ਹੁੰਦੀ ਕਿ ਜਿਹੜੀ ਇਹ ਤੁਸੀਂ ਮਤਲਬ ਕਿ ਆਲਰੇਡੀ ਤੁਸੀਂ ਇਹ ਵੀ ਕਲਿੱਕ ਕਰ ਸਕਦੇ ਹੋ ਪ੍ਰੀਪੇਡ ਐਕਮੈਂਟੇਸ਼ਨ, ਮਤਲਬ ਕਿ ਜਿਹੜੀ ਆਲਰੇਡੀ ਪੇਡ ਹੈ ਜਿਹੜਾ ਇਨਵਾਈਟ ਪਾਸਲ ਕਰਦਾ ਪਿਆ ਉਹ ਕਰਦਾ ਪਿਆ। ਅਤੇ ਫਿਰ ਇੱਥੇ ਤੁਸੀਂ ਜਾ ਕੇ ਜਦੋਂ ਹੋ ਜਾਂਦਾ ਤੁਹਾਡਾ ਫਿਰ ਤੁਸੀਂ ਇਹਨੂੰ ਕਰੋਗੇ, ਮਿੰਟ ਮੈਂ ਇਹਨੂੰ ਤੁਹਾਨੂੰ ਦਿਖਾ ਦਿੰਦਾ ਵਾ, ਫਿਰ ਇਹਨੂੰ ਕਰ ਦਿੰਦਾ ਤੁਸੀਂ ਸਦਾ। ਪਤਾ ਤਾਂ ਕਲਿੱਕ ਕੀਤਾ ਮੈਂ ਅੱਗੇ ਕੁਛ ਹੋਇਆ ਨਹੀਂ, ਹੋ ਗਿਆ। ਜਦੋਂ ਇੱਦਾਂ ਹੋ ਗਿਆ ਫਿਰ ਉਹਨਾਂ ਨੇ ਕਹਿ ਸਕਦਾ ਉਹ ਸੋਰੀ ਜਰਮਨ ਦੇ ਵਿੱਚ ਆ ਗਿਆ, ਮੈਨੂੰ ਤਾਂ ਇੰਗਲਿਸ਼ 'ਚ ਕਰਨਾ ਪੈਣਾ ਮੈਨੂੰ ਇੱਕ ਮਿੰਟ। ਇੰਗਲਿਸ਼ ਮੈਂ ਕਰ ਤਾ ਜਦੋਂ ਦੇ ਰਹੇ ਇੰਗਲਿਸ਼ ਮੈਂ ਕਰਤਾ ਸਾਰਾ, ਫਿਰ ਨੋਰਮਲ ਜਾ ਕੇ ਫਦਰ ਦੇ ਵਿੱਚ, ਹਾਂ ਹੁਣ ਆ ਗਿਆ ਯੂਅਰ ਡਾਟਾ ਹੈਜ਼ ਬੀਨ ਚੈੱਕਡ ਯੂ ਮੇ ਨੋ। ਮੈਡਮ ਤੁਸੀਂ ਇਹ PDF ਹੈ, PDF ਤੁਸੀਂ ਡਾਊਨਲੋਡ ਕਰ ਲੈਣਾ ਨਾ, ਤੁਸੀਂ ਆਪਣਾ PDF ਡਾਊਨਲੋਡ ਕਰ ਲਓਗੇ। ਹੁਣ ਤੁਸੀਂ ਦੇ ਸਕਦੇ ਹੋ ਤੁਹਾਡਾ ਜਿਹੜਾ PDF ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਦਿੱਤੀ ਸੀ ਤੁਹਾਨੂੰ ਇਸਦਾ ਨਾ ਵੀਜ਼ਾ ਐਪਲੀਕੇਸ਼ਨ ਮਤਲਬ ਕਿ ਫਾਰਮ ਹੈ ਜਿਹੜਾ ਤੁਹਾਨੂੰ ਮਿਲ ਜਾਣਾ। ਉੱਥੇ ਲਿਖਿਆ ਕਿ ਇੰਗਲਿਸ਼ 'ਚ ਵੀ ਲਿਖਿਆ ਉਹਨਾਂ ਨੇ ਅਤੇ ਐਪਲੀਕੇਸ਼ਨ ਫੋਨ ਸ਼ੈਨਿਕਨ ਵੀਜ਼ਾ ਨਾ, ਮਤਲਬ ਕਿ ਅਤੇ ਸਾਰਾ ਕੁਝ ਲਿਖਿਆ ਹੈ, ਤੁਹਾਡੀ ਡਿਟੇਲ, ਤੁਹਾਡਾ ਨਾਮ, ਸਾਰਾ ਕੁਝ ਤੁਸੀਂ ਚੈੱਕਆਊਟ ਕਰ ਸਕਦੇ, ਜੋ ਵੀ ਤੁਸੀਂ ਫਿਲਅਪ ਕੀਤਾ, ਜੋ ਵੀ ਤੁਸੀਂ ਫਿਲਅਪ ਕੀਤਾ ਉਹ ਹਮੇਸ਼ਾ ਹੀ ਇਹਦੇ ਵਿੱਚ ਡਿਟੇਲ ਆ ਜਾਂਦੀ ਸਾਰੀ, ਤੁਸੀਂ ਦੇ ਸਕਦੇ ਹੋ ਆਟੋਮੈਟਿਕਲੀ। ਸਾਰਾ ਹੀ ਹਰ ਚੀਜ਼ ਆ ਗਈ, ਜਦੋਂ ਜਦੋਂ ਇਹ ਚੀਜ਼ ਆ ਜਾਣੀ ਹਮੇਸ਼ਾ ਹੀ ਇੱਕ ਤੁਹਾਡੇ ਇੱਥੇ ਸਾਈਨ ਹੋਣੇ ਜਿਹੜਾ 5ਵਾਂ ਪੇਜ ਨੰਬਰ, ਇਹਨੂੰ ਤੁਸੀਂ ਪ੍ਰਿੰਟ ਆਊਟ ਕਰ ਲੈਣਾ, ਪ੍ਰਿੰਟ ਆਊਟ ਕਰਕੇ ਤੁਹਾਡੇ ਸਾਈਨ ਜਿਹੜੇ ਹੋਣੇ ਨੇ ਉੱਥੇ ਸਾਈਨ ਹੋਣੇ ਨੇ, ਇੱਕ
ਫਿਫਥ ਪੇਜ 'ਤੇ ਅਤੇ ਇੱਕ ਸਿਕਸਥ ਪੇਜ 'ਤੇ। ਅਤੇ ਤੁਸੀਂ ਮਤਲਬ ਕਿ ਇੱਥੇ ਆਪਣਾ ਡੇਟ ਔਫ ਬਰਥ ਲਿਖਣੀ, ਮਤਲਬ ਕਿ ਪਲੇਸ ਲਿਖਣਾ, ਡੇਟ ਲਿਖਣੀ, ਜਿੱਦਾਂ ਅੱਜ ਦੀ ਡੇਟ ਜੇ ਤੁਸੀਂ ਅੱਜ ਪ੍ਰਿੰਟ ਆਊਟ ਕਰਕੇ ਅਤੇ ਕੱਲ੍ਹ ਨੂੰ ਤੁਹਾਡੀ ਫਾਈਲ ਸਬਮਿਟ ਹੋਣੀ, ਅੱਜ ਤੁਸੀਂ ਮਤਲਬ ਕਿ ਪਲੇਸ ਲਿਖ ਕੇ ਦਿੱਲੀ ਹੋ, ਦਿੱਲੀ ਪ੍ਰਿੰਟ ਹੋਵੇ ਤਾਂ ਦਿੱਲੀ ਪ੍ਰਿੰਟ, ਦਿੱਲੀ ਲਿਖ ਕੇ ਅਤੇ ਡੇਟ ਪਾ ਦੇਣੀ ਅੱਜ ਦੀ, ਅਤੇ ਉੱਥੇ ਤੁਸੀਂ ਸਾਈਨ ਕਰ ਦੇਣਾ ਨੋਰਮਲ। ਇੱਥੇ ਵੀ ਇੱਦਾਂ ਹੀ, ਸਿਕਸ 'ਤੇ ਵੀ ਇੱਦਾਂ ਹੀ, ਅਤੇ ਜਿਹੜਾ ਥੱਲੇ ਹੁੰਦਾ ਥੱਲੇ ਉਹਨਾਂ ਨੂੰ ਇੱਦਾਂ ਦਿਖਾਉਣਾ, ਥੱਲੇ ਸਿਰਫ ਇਹ ਹੁੰਦਾ ਨੋਰਮਲ ਕਿ ਉਹਨਾਂ ਨੇ ਸਿਰਫ ਸਕੈਨ ਕਰਨਾ ਹੁੰਦਾ ਉਹਨਾਂ ਕੋਲ, ਜਿਹੜੀ ਸਾਰੀ ਇਨਫੋਰਮੇਸ਼ਨ ਤੁਹਾਡੀ ਹੁੰਦੀ ਔਲਰੇਡੀ ਕੰਪਿਊਟਰ 'ਚ ਅਪਲੋਡ ਹੋ ਜਾਂਦੀ ਹੈ, ਔਲਰੇਡੀ ਕੰਪਿਊਟਰ 'ਚ ਅਪਲੋਡ ਹੋ ਜਾਂਦੀ ਆ, ਨਾ ਉਹਨਾਂ ਨੂੰ ਤੁਹਾਨੂੰ ਪੁੱਛਣ ਦੀ ਲੋੜ ਪੈਂਦੀ। ਹਾਂ ਜੇ ਤੁਹਾਡੇ ਕੋਲ, ਜ਼ਰੂਰ ਮੈਂ ਇਹ ਦੱਸਣਾ ਜ਼ਰੂਰ ਚਾਹੁੰਦਾ ਵਾਂ ਕਿ ਜੇ ਹੋ ਸਕਦਾ ਕਿ ਤੁਹਾਡੇ ਕੋਲ ਉਹਦਾ, ਜਿੱਦਾਂ ਕਈ ਵਾਰੀ ਨਾਮ ਗਲਤ ਹੋ ਜਾਵੇ, ਜਿੱਦਾਂ ਕਿ ਜ਼ਿਆਦਾਤਰ ਸਾਨੂੰ ਕਈ ਇੰਡੀਆ 'ਚ ਕਿੰਨੇ ਜਾਣੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਨਾ ਕਿ ਵੀਜ਼ਾ ਫਾਈਲ ਕਿੱਦਾਂ ਤਿਆਰ ਕਰਦੇ ਨੇ, ਅਤੇ ਜੇ ਤੁਸੀਂ ਉਹਦੇ ਲਈ ਵੀ ਇਨਫੋਰਮੇਸ਼ਨ ਚਾਹੀਦੀ ਹੋ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ, ਮੈਂ ਹਰ ਇੱਕ ਚੀਜ਼ ਜਿਹੜੀ ਵੀ ਤੁਹਾਨੂੰ ਚਾਹੀਦੀ ਉਹ ਪ੍ਰੋਵਾਈਡ ਕਰਾਂਗਾ। ਅਤੇ ਹਾਂ ਜਿੱਦਾਂ ਕਈ ਵਾਰੀ ਤੁਹਾਡਾ ਨਾਮ ਗਲਤ ਹੋ, ਜਿੱਦਾਂ ਫਾਰਮ ਦੇ ਵਿੱਚ ਤੁਸੀਂ ਕਿਸੇ ਕੋਲ ਥਰਡ ਪਾਰਟੀ ਕੋਲ ਭਰਵਾਇਆ ਹੋਏ ਨਾ, ਉਹਨੇ ਨਾਮ ਗਲਤ ਲਿਖਤਾ, ਜਿੱਦਾਂ ਵਾਈ ਦੀ ਥਾਂ 'ਤੇ ਆਈ ਲਿਖਤਾ ਜਾਂ ਕੁਛ ਵੀ ਹੋ ਗਿਆ ਇੱਦਾਂ ਦਾ, ਕੋਈ ਵੀ ਮਾੜੀ ਮਿਸਟੇਕ ਹੈਗੀ, ਫਿਰ ਤੁਸੀਂ ਉਹਨੂੰ ਦੱਸ ਸਕਦੇ ਹੋ, ਫਿਰ ਆਲਰੇਡੀ ਉਹ ਉੱਥੋਂ ਵੀ ਚੇਂਜ ਕਰ ਸਕਦਾ, ਉਹ ਤੁਸੀਂ ਕਹਿ ਦਿਓ ਕਿ ਇੱਥੇ ਮੇਰਾ ਨਾਮ ਗਲਤ ਹੋ ਗਿਆ ਪਲੀਜ਼ ਸਹੀ ਕਰ ਦਿਓ, ਫਿਰ ਉਹ ਕਈ ਵਾਰ ਸਹੀ ਕਰ ਦਿੰਦੇ ਨੇ ਉਸੇ ਟਾਈਮ ਹੀ ਨਾ, ਉਸ ਟਾਈਮ ਉਹ ਮਤਲਬ ਕਿ ਤੁਸੀਂ ਪਹਿਲਾਂ ਨਾ ਉਹਨਾਂ ਸਹੀ ਕਰਕੇ ਦੇ ਸਕਦੇ ਹੋ, ਫਿਰ ਉਹ ਸਹੀ ਕਰ ਦਿੰਦੇ ਨੇ ਨਾ। ਅਤੇ ਅੱਜ ਦੀ ਵੀਡੀਓ ਇੰਨੀ ਕੁ ਹੀ, ਅਤੇ ਜਿਹੜੀ ਉਹ ਨੈਕਸਟ ਵੀਡੀਓ ਲੈ ਕੇ ਆਵਾਂਗਾ, ਨੈਕਸਟ ਵੀਡੀਓ ਜਿਹੜਾ ਇਹ ਹੈਗਾ ਸ਼ੋਰਟ, ਜਿਹੜਾ ਐਪਲੀਕੇਸ਼ਨ ਤੋਂ ਸ਼ੈਨ ਕਰਨ ਵੀਜ਼ਾ, ਜਿਹੜਾ ਲੋਂਗ ਟਰਮ ਵੀਜ਼ੇ ਵਾਸਤੇ ਐਪਲੀਕੇਸ਼ਨ ਫਾਰਮ ਭਰਿਆ ਜਾਂਦਾ, ਉਹਦੀ ਵੀ ਵੀਡੀਓ ਮੈਂ ਨੈਕਸਟ ਵੀਡੀਓ ਤੁਹਾਡੇ ਲਈ ਬਣਾ ਕੇ ਲੈ ਕੇ ਆਵਾਂਗਾ। ਉਹਦਾ ਫਾਰਮ ਵੀ ਸੇਮ ਟੂ ਸੇਮ ਹੈ, ਸਿਰਫ ਉਹਦੇ ਵਿੱਚ ਥੋੜ੍ਹਾ ਬਹੁਤ ਡਿਫੀਕਲਟੀ ਨਹੀਂ ਹੈਗੀ, ਪਰ ਥੋੜ੍ਹਾ ਬਹੁਤਾ ਚੇਂਜਸ ਨੇ, ਜਿੱਦਾਂ ਆਲਰੇਡੀ ਨਾ ਉਹਦੇ ਲਈ ਥੋੜ੍ਹਾ ਬਹੁਤਾ ਚੇਂਜਸ ਨੇ ਉਹਦੇ ਵਿੱਚ, ਉਹ ਜਦੋਂ ਤੁਹਾਡੀ ਨੈਕਸਟ ਵੀਡੀਓ ਮੈਂ ਲੈ ਕੇ ਆਵਾਂਗਾ, ਉਹਦੇ ਵਿੱਚ ਤੁਸੀਂ ਦੇ ਸਕਦੇ ਹੋ, ਜਿਹਨਾਂ ਨੇ ਲੋਂਗ ਟਰਮ ਲਈ ਅਪਲਾਈ ਕਰਨਾ ਨਾ, ਜਿਹੜਾ ਲੋਂਗ ਟਰਮ ਲਈ ਅਪਲਾਈ ਕਰਨਗੇ ਉਹਨਾਂ ਲਈ ਮੈਂ ਨੈਕਸਟ ਵੀਡੀਓ ਤਿਆਰ ਕਰਾਂਗਾ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਤੁਹਾਨੂੰ ਇਨਫੋਰਮੇਸ਼ਨ ਸਾਰੀ ਕਲੀਅਰ ਸਮਝ ਆਈ ਹੋਏਗੀ। ਜੇ ਸਾਡੇ ਕੋਈ ਵੀ ਗਲਤੀ ਗੁਲਤੀ ਹੋ ਗਈ ਉਹ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਓ, ਅਸੀਂ ਉਹ ਗਲਤੀ ਨੂੰ ਫਿਰ ਤੋਂ ਰਿਪੀਟ ਨਹੀਂ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਤੁਹਾਨੂੰ ਹੋਰ ਤੋਂ ਬੈਟਰ ਵੀਡੀਓ ਪ੍ਰੋਵਾਈਡ ਕੀਤੀ ਜਾਏ, ਇਨਫੋਰਮੇਸ਼ਨ ਵੀਡੀਓ ਪ੍ਰੋਵਾਈਡ ਕੀਤੀ ਜਾਏ। ਅਤੇ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ, ਜਿੰਨਾ ਹੋ ਸਕਦਾ ਆਪਣੀ ਫੈਮਿਲੀ ਨਾਲ, ਆਪਣੇ ਫਰੈਂਡਸ ਨਾਲ। ਜੇ ਤੁਹਾਨੂੰ ਹੋਰ ਕੋਈ ਵੀ ਵੀਡੀਓ ਚਾਹੀਦੀ ਹੈ ਜਰਮਨ ਵੀਜ਼ਾ ਦੇ ਟੋਪਿਕ 'ਤੇ, ਜਰਮਨ ਲਈ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ, ਜਾਂ ਕਿ ਜਰਮਨ ਦੇ ਵਿੱਚ ਕਿਹੜੀ ਕਿਹੜੀ ਫੈਸਿਲਿਟੀ ਹੈਗੀ, ਜੇ ਜਰਮਨ, ਜੇ ਤੁਸੀਂ ਜਰਮਨ ਦੇ ਵਿੱਚ ਰਹਿੰਦੇ ਪਏ ਹੋ ਕਿ ਤੁਹਾਨੂੰ ਕੋਈ ਚੀਜ਼ ਦਾ ਨਹੀਂ ਪਤਾ ਲੱਗਦਾ, ਤਾਂ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕਿ ਤੁਸੀਂ ਇੰਡੀਆ ਤੋਂ ਕਿੱਦਾਂ ਜਰਮਨ ਲਾਉਣਾ, ਮਤਲਬ ਕਿ ਤੁਸੀਂ ਜੇ ਤਾਂ ਤੁਸੀਂ ਕੁਆਲੀਫਾਈ, ਜਿੱਦਾਂ ਤੁਸੀਂ ਕੁਆਲੀਫਿਕੇਸ਼ਨ ਤੁਹਾਡੀ ਵਧੀਆ, ਤੁਸੀਂ ਬੈਚਲਰ ਕੰਪਲੀਟ ਕਰ ਲਈ ਆਪਣੀ, ਫਿਰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਮਤਲਬ ਕਿ ਇੱਥੇ ਬਹੁਤ ਜ਼ਿਆਦਾ ਰਸਤੇ ਨੇ ਤੁਸੀਂ ਜਰਮਨ ਦੇ ਵਿੱਚ ਕਿੱਦਾਂ ਆ ਸਕਦੇ ਹੋ, ਪਰ ਜਿਹੜੇ ਏਜੰਟ ਹੈਗੇ ਨੇ, ਏਜੰਟ ਨੂੰ ਪਲੀਜ਼ ਪੈਸੇ ਨਾ ਦਿਆ ਕਰੋ, ਉਹ ਬਹੁਤ ਪੈਸੇ ਖਾਂਦੇ ਨੇ। ਜਿਹੜੀ ਆਪਣੀ ਫਾਈਲ ਵੀ ਤਿਆਰ ਕਰਦੇ ਹੋ ਤੁਸੀਂ, ਆਪਣੀ ਆਪਣੀ ਫਾਈਲ ਆਪ ਤਿਆਰ ਕਰਵਾਇਆ, ਆਪਣੀ ਤਿਆਰ ਕਰਿਆ ਕਰੋ ਕੰਪਿਊਟਰ ਨਾਲ, ਤੁਸੀਂ 10 ਮਿੰਟ ਬੈਠੇ ਕਰੋ, 10 ਤੋਂ 1 ਘੰਟਾ ਬੈਠੇ ਤੁਹਾਡੀ ਸਾਰੀ ਫਾਈਲ ਤਿਆਰ ਹੋ ਜਾਂਦੀ, ਵੀਜ਼ਾ ਐਪਲੀਕੇਸ਼ਨ ਵੀ ਤਿਆਰ ਹੋ ਜਾਂਦੀ। ਹੋਰ ਫਾਈਲ ਦੇ ਵਿੱਚ ਕੀ ਲੱਗਦਾ ਕਿ ਕਵਰ ਲੈਟਰ ਲੱਗਦਾ, ਕਵਰ ਲੈਟਰ ਲਈ ਵੀ ਮੈਂ ਵੀਡੀਓ ਲੈ ਕੇ ਆ ਰਿਹਾ ਵਾਂ, ਕਵਰ ਲੈਟਰ ਵੀ ਆਟੋਮੈਟਿਕਲੀ ਕਿੱਦਾਂ ਤੁਸੀਂ ਤਿਆਰ ਕਰਨਾ, ਉਹਦੀ ਵੀ ਮੈਂ ਵੀਡੀਓ ਤੁਹਾਨੂੰ ਦਿੱਤੀ ਜਾਏਗੀ, ਉਹ ਵੀ ਤੁਹਾਨੂੰ ਆਟੋਮੈਟਿਕਲੀ ਜਿਹੜੀ ਕਵਰ ਲੈਟਰ ਆਟੋਮੈਟਿਕਲੀ ਤਿਆਰ ਕਰਕੇ ਦੇਗਾ, ਉਹ ਸਾਈਡ ਦੱਸੀ ਜਾਏਗੀ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੋਏਗੀ। ਕਵਰ ਲੈਟਰ ਹੁੰਦਾ ਤੁਹਾਡਾ ਸਪੋਂਸਰ ਲੈਟਰ ਹੁੰਦਾ, ਤੁਹਾਡਾ ਪਾਸਵਰਡ ਦੀਆਂ ਫੋਟੋ ਕਾਪੀਆਂ ਹੁੰਦੀਆਂ, ਤੁਹਾਡਾ ਜਿਹੜਾ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਹੁੰਦੀ, ਜਿਹੜਾ ਮਤਲਬ ਕਿ ਤੁਸੀਂ ਆਪਣੀ ਸ਼ੋਅ ਮਨੀ ਕਰਵਾਉਣੀ ਹੁੰਦੀ ਉਹ ਹੁੰਦੀ, ਇੱਕ ਡੰਮੀ ਟਿਕਟ ਹੁੰਦੀ ਕਿ ਤੁਸੀਂ 9 ਤਰੀਕ ਤੋਂ ਚੱਲੇ ਹੋ, ਟਿਕਟ ਕੰਫਰਮੇਸ਼ਨ ਕਰਵਾਈ। ਹੋਰ ਫਾਈਲ ਦੇ ਵਿੱਚ ਕੁਛ ਵੀ ਨਹੀਂ ਹੁੰਦਾ, ਤੁਹਾਡੇ ਇਹ ਤੁਸੀਂ ਸਗੋਂ ਆਪ ਹੀ ਸਾਰੇ ਡਾਕੂਮੈਂਟ ਉਹਨੂੰ ਦਿੰਦੇ ਹੋ, ਬਸ ਉਹ ਇੰਨੀ ਕੁ ਚੀਜ਼ ਕਰਨ ਦਾ ਤੁਹਾਡੇ ਕੋਲ 10 ਤੋਂ 15 ਹਜ਼ਾਰ ਰੁਪਈਆ ਲੈ ਲੈਂਦਾ। ਅਤੇ ਜੇ ਤੁਸੀਂ ਮੇਰੀ ਵੀਡੀਓ ਅਪੋਇੰਟਮੈਂਟ ਕਿੱਦਾਂ ਬੁੱਕ ਕਰਦੇ ਆ, ਉਹ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ,
ਅਤੇ ਉਹ ਵੀ ਤੁਸੀਂ ਵੀਡੀਓ ਦੇਖ ਲਿਓ ਕਿੱਦਾਂ, ਮਤਲਬ ਕਿ ਆਪਣੀ ਅਪੋਇੰਟਮੈਂਟ ਤੁਸੀਂ ਬੁੱਕ ਕਰ ਸਕਦੇ ਹੋ, ਉਹਦੇ ਵੀ ਲਈ ਵੀ ਮੈਂ ਵੀਡੀਓ ਐਕਸਟਰਾ ਬਣਾਈ ਹੋਈ ਆ। ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਐਂਡ ਸ਼ੇਅਰ ਵੀਡੀਓ ਨੂੰ ਸਾਰੇ ਆਪਣੀ ਫੈਮਿਲੀ ਨਾਲ ਕਰਿਓ। ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਓਕੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਿਰ ਤੋਂ।